ਇੱਜ਼ਤ ਦਾ ਸਮਾਂ ਆ, ਬਹੁਤ ਹੀ ਆਦਰ ਯੋਗ ਸਮਾਂ ਆ। ਅਸੀਂ ਪਰਮੇਸ਼ਵਰ ਜੀ ਦੀਆਂ ਗੱਲਾਂ ਨੂੰ ਅੱਜ ਰੂਬਰੂ ਕਰਨ ਜਾ ਰਹੇ ਹਾਂ। ਬੜੇ ਹੀ ਧਿਆਨ ਦੇ ਨਾਲ ਸੁਣਨਾ, ਔਰ ਜਿਹੜਾ ਬੰਦਾ ਧਿਆਨ ਦੇ ਨਾਲ ਸੁਣਦਾ ਹੈ ਉਹ ਆਸ਼ੀਸ਼ ਨੂੰ ਪ੍ਰਾਪਤ ਕਰਦਾ ਹੈ। ਬੋਲੋ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਾਰੇ ਤਿਆਰ ਹੋ? ਹਾਂ ਜੀ। ਓਕੇ, ਚਲੋ ਆਈਏ ਮੇਰੇ ਨਾਲ, ਚੱਲੀਏ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ। ਪੜ੍ਹੀਏ ਜਰਾ ਇੱਕ ਨੰਬਰ ਪੰਕਤੀ ਤੋਂ, ਲੇਵੀਆਂ ਦੀ ਪੁਸਤਕ 26 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਤੋਂ ਜਰਾ ਪੜ੍ਹਨਾ ਸ਼ੁਰੂ ਕਰੀਏ। ਬਾਈਬਲ ਤੁਹਾਨੂੰ ਤੇ ਮੈਨੂੰ ਕੀ ਆਖਦਾ? ਤੁਸੀਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ। ਹਾਂਜੀ। ਨਾ ਆਪਣੇ ਲਈ ਕੋਈ ਉਪਰੀ ਹੋਈ ਮੂਰਤ। ਹਾਂਜੀ। ਜਾਂ ਥੰਮ ਖੜਾ ਕਰਨਾ ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਮੂਰਤ। ਹਾਂਜੀ। ਉਸ ਦੇ ਅੱਗੇ ਨਿਉਣ ਲਈ ਰੱਖਣੀ। ਹਾਂਜੀ। ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। ਹਾਲੇਲੂਇਆ, 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 ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ ਤੇ ਛੋਟੀ ਜਿਹੀ ਪ੍ਰਾਰਥਨਾ ਕਰਦੇ ਹਾਂ। ਖੁਦਾਵੰਦ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ ਵਾਸਤੇ ਪਵਿੱਤਰ ਕਲਾਮ ਦੇ ਲਈ। ਅਸੀਂ ਚਾਹੁੰਦੇ ਕਿ ਤੁਹਾਡਾ ਪਵਿੱਤਰ ਆਤਮਾ ਸਾਡੇ ਸਭਨਾਂ ਦੀ ਮਦਦ ਕਰੇ। ਖੁਦਾਵੰਦ, ਕਿ ਐਸੇ ਪਵਿੱਤਰ ਕਲਾਮ ਨੂੰ ਅਸੀਂ ਸੁਣ ਸਕੀਏ, ਸਮਝ ਸਕੀਏ ਔਰ ਉਹਦੇ ਮੁਤਾਬਿਕ ਚੱਲ ਸਕੀਏ। ਮੇਰੇ ਪ੍ਰਭੂ ਜੀ, ਧੰਨਵਾਦ ਕਰਦੇ ਹਾਂ ਪ੍ਰਾਰਥਨਾ ਨੂੰ ਸੁਣਨ ਦੇ ਲਈ। ਆਪਣੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਚ ਹੋ ਕੇ ਸਾਰੇ ਹੀ ਮਿਲ ਕੇ ਮੰਗਦੇ ਹਾਂ। ਹਾਲੇਲੂਇਆ, 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 ਹਾਲੇਲੂਇਆ। ਲਿਖਿਆ ਤੁਸੀਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ। ਬੱਚੇ ਕਾਬੂ ਦੇ ਵਿੱਚ ਕਰੀਏ। ਲਿਖਿਆ ਤੁਸੀਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉਕਰੀ ਹੋਈ ਮੂਰਤ ਜਾਂ ਥੰਮ ਖੜਾ ਕਰਨਾ, ਔਰ ਨਾ ਆਪਣੇ ਦੇਸ਼ ਦੇ ਵਿੱਚ ਕੋਈ ਪੱਥਰ ਦੀ ਮੂਰਤ ਉਸ ਦੇ ਅੱਗੇ ਨਿਉਣ ਦੇ ਲਈ ਰੱਖਣੀ, ਕਿਉਂ ਜੋ ਮੈਂ ਯਹੋਵਾ ਤੁਹਾਡਾ, ਮੈਂ ਯਹੋਵਾ ਤੁਹਾਡਾ ਪਰਮੇਸ਼ਵਰ ਆ। ਮੇਰੇ ਤੋਂ ਇਲਾਵਾ ਤੁਹਾਡਾ ਜਿਹੜਾ ਸਿਰ ਆ ਕਿਸੇ ਹੋਰ ਦੇ ਅੱਗੇ ਝੁਕਣਾ। ਰੱਬ ਨੇ ਇਨਸਾਨ ਨੂੰ ਬਣਾਇਆ ਆ, ਨਾ ਕਿ ਇਨਸਾਨ ਨੇ ਰੱਬ ਨੂੰ। ਅੱਜ ਦਾ ਇਨਸਾਨ ਆਪਣੇ ਮਨ ਦੀ ਤੁਲਨਾ ਦੇ ਨਾਲ ਇੱਕ ਮੂਰਤ ਘੜ ਲੈਂਦਾ ਆ। ਜਿਸ ਤਰ੍ਹਾਂ ਦਾ ਉਹਦੇ ਮਨ ਦੇ ਵਿਚਾਰ ਆਉਂਦੇ ਆ ਉਸ ਤਰ੍ਹਾਂ ਦੀ ਮੂਰਤ ਬਣਾ ਕੇ ਉਹਦੇ ਅੱਗੇ ਮੱਥਾ ਟੇਕਣਾ ਸ਼ੁਰੂ ਕਰ ਦਿੰਦਾ ਕਿ ਇਹ ਮੇਰਾ ਰੱਬ ਆ। ਲੇਕਿਨ ਸਾਡਾ ਪਰਮੇਸ਼ਵਰ ਯਹੋਵਾ ਜਿਹਦੀ ਅਸੀਂ ਉਪਾਸਨਾ ਕਰਦੇ ਹਾਂ, ਉਹਨੇ ਆਪਣੇ ਲੋਕਾਂ ਨੂੰ ਕੀ ਆਗਿਆ ਦਿੱਤੀ ਆ ਕਿ ਜਿਹੜਾ ਤੁਹਾਡਾ ਸਿਰ ਆ ਕਿਸੇ ਹੋਰ ਦੇ ਅੱਗੇ ਝੁਕਣਾ ਨਹੀਂ। ਸਾਨੂੰ ਮੂਰਤੀਆਂ ਦੀ ਉਪਾਸਨਾ ਕਰਨ ਦੇ ਲਈ ਮਨਾਹੀ ਕੀਤੀ ਆ। ਔਰ ਜੋ ਲੋਕ ਪਰਮੇਸ਼ਵਰ ਦੇ ਵਚਨਾਂ ਦੇ ਮੁਤਾਬਿਕ ਚੱਲਦੇ ਆ ਉਹਨਾਂ ਦੇ ਉੱਪਰ ਪਰਮੇਸ਼ਵਰ ਦਾ ਆਸ਼ੀਸ਼ ਭਰਿਆ ਹੱਥ ਸਰਵਦਾ ਬਣਿਆ ਰਹਿੰਦਾ ਆ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਅੱਜ ਮੈਂ ਤੁਹਾਨੂੰ ਦੱਸਦਾ ਆ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਕਿ ਪਰਮੇਸ਼ਵਰ ਦੇ ਜਦੋਂ ਅਸੀਂ ਵਚਨਾਂ ਦੀ ਆਗਿਆਕਾਰੀ ਕਰਦੇ ਹਾਂ ਤੇ ਸਾਨੂੰ ਬਰਕਤਾਂ ਮਿਲਦੀਆਂ ਆ, ਔਰ ਜਦੋਂ ਅਸੀਂ ਅਣਆਗਿਆਕਾਰੀ ਕਰਦੇ ਹਾਂ ਤੇ ਫਿਰ ਬਰਕਤਾਂ ਕਿੱਦਾਂ ਸਾਡੇ ਤੋਂ ਦੂਰ ਜਾਂਦੀਆਂ ਆ। ਹਾਲੇਲੂਇਆ, ਹਾਲੇਲੂਇਆ। ਕਿਹਨਾਂ ਜਣਾਂ ਨੂੰ ਸਮਝ ਲੱਗ ਰਹੀ ਆ? ਸਾਨੂੰ ਸਮਝ ਲੱਗ ਰਹੀ ਆ। ਹਾਂਜੀ, ਓਕੇ। ਆਈਏ ਮੇਰੇ ਨਾਲ ਅੱਗੇ ਕੰਟੀਨਿਊ ਕਰੀਏ, ਸੁਣੀਏ ਬੜੇ ਧਿਆਨ ਦੇ ਨਾਲ। ਤੁਸਾਂ ਮੇਰੀਆਂ ਸਭਤਾਂ ਦੀ ਮਨੋਦ ਕਰਨੀ। ਹਾਂਜੀ। ਅਤੇ ਮੇਰੇ ਪਵਿੱਤਰ ਅਸਥਾਨ ਦਾ ਆਦਰ ਕਰਨਾ। ਹਾਂਜੀ। ਮੈਂ ਯਹੋਵਾ ਹਾਂ। ਹਾਂਜੀ। ਜੇ ਤੁਸੀਂ ਮੇਰੀਆਂ ਵਿਧੀਆਂ ਵਿੱਚ ਚੱਲ ਕੇ ਹਾਂ ਮੇਰੇ ਹੁਕਮਾਂ ਨੂੰ ਮੰਨੋਗੇ। ਸੁਣੋ ਬੜੇ ਧਿਆਨ ਦੇ ਨਾਲ, ਪਰਮੇਸ਼ਵਰ ਦਾ ਕਲਾਮ ਤੁਹਾਨੂੰ ਤੇ ਮੈਨੂੰ ਕੀ ਆਖਦਾ ਆ? ਜੇ ਤੁਸਾਂ ਮੇਰੀਆਂ ਵਿਧਾਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ। ਹਾਂਜੀ। ਅਤੇ ਪੂਰਾ ਕਰੋਗੇ। ਔਰ ਉਹਨਾਂ ਨੂੰ ਪੂਰਾ ਕਰੋਗੇ, ਕਹਿਣ ਦਾ ਭਾਵ ਆ ਕਿ ਜਦ ਤੱਕ ਤੁਹਾਨੂੰ ਮੇਰੇ ਵਚਨਾਂ ਦੇ ਬਾਰੇ ਨਹੀਂ ਪਤਾ ਆ, ਨੋ ਪ੍ਰੋਬਲਮ, ਕੋਈ ਦਿੱਕਤ ਨਹੀਂ ਆ। ਜੋ ਮਨ ਦੇ ਵਿੱਚ ਆਉਂਦਾ ਆ ਕਰੋ। ਲੇਕਿਨ ਜਿਸ ਦਿਨ ਤੁਹਾਨੂੰ ਮੇਰੇ ਕਲਾਮ ਦੇ ਬਾਰੇ ਪਤਾ ਲੱਗ ਗਿਆ, ਮੇਰੇ ਹੁਕਮਾਂ ਦੇ ਬਾਰੇ ਪਤਾ ਲੱਗ ਗਿਆ, ਮੇਰੇ ਵਚਨਾਂ ਦੇ ਬਾਰੇ ਪਤਾ ਲੱਗ ਗਿਆ, ਔਰ ਤੁਹਾਨੂੰ ਇੰਨਾ ਪਤਾ ਲੱਗ ਗਿਆ ਕਿ ਪਰਮੇਸ਼ਵਰ ਨੂੰ ਕਿਹੜੇ ਕੰਮ ਪਸੰਦ ਆ ਔਰ ਕਿਹੜੇ ਨਹੀਂ ਪਸੰਦ ਆ, ਤੁਸੀਂ ਉਹਨਾਂ ਦੇ ਮੁਤਾਬਿਕ ਚੱਲਣਾ ਸ਼ੁਰੂ ਕਰ ਦੇਣਾ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਕਿਹਨਾਂ ਜਣਾਂ ਨੂੰ ਸਮਝ ਲੱਗ ਰਹੀ ਆ?
ਸਾਰਿਆਂ ਧਿਆਨ ਕਲਾਮ ਦੇ ਵੱਲ ਹੈ ਓਕੇ ਲਿਖਿਆ ਜੇ ਤੁਸੀਂ ਮੇਰੇ ਵਿਧਾ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਔਰ ਉਹਨਾਂ ਨੂੰ ਪੂਰਾ ਕਰੋਗੇ ਤਾਂ ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਔਰ ਜਿਹੜੀ ਤੁਹਾਡੀ ਧਰਤੀ ਆ ਆਪਣੀ ਖੱਟੀ ਕਰੇਗੀ ਕਦੋਂ ਕਰੇਗੀ ਜਦੋਂ ਤੁਸੀਂ ਪਰਮੇਸ਼ਵਰ ਦੇ ਹੁਕਮਾਂ ਦੇ ਵਿੱਚ ਆ ਜਾਓਗੇ ਜਦੋਂ ਤੁਸੀਂ ਪ੍ਰਭੂ ਦੀ ਆਗਿਆਕਾਰੀ ਕਰਨੀ ਸ਼ੁਰੂ ਕਰ ਦੋਗੇ ਬਿਮਾਰੀਆਂ ਕਦੋਂ ਬੰਦੇ ਦੇ ਸਰੀਰ ਦੇ ਉੱਤੇ ਹੈਵੀ ਹੋ ਜਾਂਦੀਆਂ ਜਦੋਂ ਬੰਦਾ ਅਣ ਆਗਿਆਕਾਰੀ ਦੇ ਵਿੱਚ ਆ ਜਾਂਦਾ ਹੈ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਪ੍ਰਭੂ ਦੇ ਵਚਨਾਂ ਨੂੰ ਜਾਣਦੇ ਵੀ ਆ ਔਰ ਉਹਨਾਂ ਦਾ ਸਿਰ ਥਾਂ ਥਾਂ ਦੇ ਉੱਤੇ ਝੁਕਦਾ ਵੀ ਆ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਆ ਜਿਹੜੇ ਚਰਚ ਦੇ ਵਿੱਚ ਵੀ ਆਉਂਦੇ ਆ ਔਰ ਮੂਰਤੀਆਂ ਕਰਕੇ ਮੱਥਾ ਵੀ ਟੇਕਦੇ ਆ ਇਸੇ ਕਰਕੇ ਉਹ ਬਿਮਾਰੀ ਦੇ ਵਿੱਚ ਰਹਿੰਦੇ ਆ ਇਸੇ ਕਰਕੇ ਉਹਨਾਂ ਦਾ ਬਿਮਾਰੀ ਤੋਂ ਛੁਟਕਾਰਾ ਨਹੀਂ ਹੁੰਦਾ ਆ ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਸਾਨੂੰ ਕੀ ਆਖਦੇ ਆ ਕਿ ਤੂੰ ਮੇਰੀ ਆਗਿਆਕਾਰੀ ਦੇ ਵਿੱਚ ਰਹਿ ਕਿ ਜਿੱਦਾਂ ਮੈਂ ਤੈਨੂੰ ਕਹਿੰਦਾ ਆ ਉਦਾਂ ਚੱਲ ਔਰ ਬਰਕਤਾਂ ਦੇ ਨਾਲ ਮੈਂ ਤੈਨੂੰ ਨਿਹਾਲ ਕਰ ਦੇਵਾਂਗਾ ਬੋਲੋ ਹਾਲੇਲੂਯਾ ਹਾਲੇਲੂਯਾ ਨਿਹਾਲ ਹੋਣ ਦੇ ਲਈ ਸਾਨੂੰ ਪਰਮੇਸ਼ਵਰ ਦੀ ਆਗਿਆਵਾਂ ਦੇ ਅਧੀਨ ਹੋਣਾ ਪੈਂਦਾ ਲਿਖਿਆ ਅਗਰ ਤੁਸੀਂ ਪਰਮੇਸ਼ਵਰ ਦੇ ਵਚਨਾਂ ਦੇ ਮੁਤਾਬਿਕ ਚੱਲਦੇ ਹਾਂ ਤੇ ਮੈਂ ਵੇਲੇ ਸਿਰ ਮੀਂਹ ਵਰਸਾਵਾਂਗਾ ਤੇ ਧਰਤੀ ਆਪਣੀ ਖੱਟੀ ਦੇਗੀ ਤੁਹਾਨੂੰ ਅੱਜ ਲੋਕ ਦਸਵੰਦ ਵੀ ਦਿੰਦੇ ਆ ਲੇਕਿਨ ਬਰਕਤ ਫਿਰ ਵੀ ਨਹੀਂ ਮਿਲਦੀ ਕਿਉਂ ਕਿਉਂਕਿ ਨੀਅਤ ਜਿਹੜੀ ਆ ਉਹ ਸਹੀ ਨਹੀਂ ਆ ਕੱਲਾ ਦਸਵੰਦ ਦੇਣਾ ਕਾਫੀ ਨਹੀਂ ਆ ਉਹਦੇ ਬਾਕੀ ਵੀ ਕਲਾਮ ਆ ਪੂਰਾ ਕਰਨ ਦੇ ਲਈ ਸਿਰਫ ਦਸਵੰਦ ਦੇ ਦੇਣਾ ਕਾਫੀ ਨਹੀਂ ਆ ਬਾਕੀ ਕਲਾਮ ਵੀ ਆ ਬਰਕਤ ਲੈਣ ਦੇ ਲਈ ਕੱਲਾ ਇੱਕੋ ਹੀ ਕਲਾਮ ਨਹੀਂ ਆ ਕਿ ਦਸਵੰਦ ਦੇ ਦਿਓ ਤੇ ਬਾਕੀ ਦੇ ਪੈਸੇ ਦੇ ਉੱਤੇ ਬਰਕਤ ਪਏਗੀ ਬਾਕੀ ਵੀ ਬਚਨ ਬਹੁਤ ਹੀ ਆਪਾਂ ਪੂਰੇ ਪੂਰੇ ਕਰਦੇ ਕਈ ਲੋਕਾਂ ਨੇ ਬਸ ਸਿਰਫ ਦਸਵੰਦ ਦੇਣਾ ਹੀ ਜ਼ਰੂਰੀ ਸਮਝਿਆ ਹੈ ਹਾਲੇਲੂਯਾ ਹਾਲੇਲੂਯਾ ਇਹਨਾਂ ਜਣਾਂ ਨੂੰ ਸਮਝ ਨਾ ਗਈ ਆ ਮੈਂ ਬੜੇ ਸੌਖੇ ਤਰੀਕੇ ਦੇ ਨਾਲ ਸਮਝਾਉਂਦਾ ਹਾਂ ਹਾਂਜੀ ਅੱਗੇ ਕੰਟੀਨਿਊ ਕਰੀਏ ਅਤੀ ਤੁਹਾਡਾ ਗਾਹ ਪਾਉਣਾ ਦਾਖਾਂ ਦੇ ਤੋੜਨ ਤਾਈ ਰਹੇਗਾ ਤੁਹਾਡਾ ਗਾਹ ਪਾਉਣਾ ਦਾਖਾਂ ਦੇ ਤੋੜਨ ਤਾਈ ਰਹੇਗਾ ਅਤੀ ਦਾਖਾਂ ਦਾ ਤੋੜਨਾ ਬੀਜਣ ਦੇ ਵੇਲੇ ਤਾਈ ਰਹੇਗਾ ਦਾਖਾਂ ਦਾ ਤੋੜਨਾ ਬੀਜਣ ਦੇ ਵੇਲੇ ਤਾਈ ਰਹੇਗਾ ਅਤੀ ਤੁਸੀਂ ਆਪਣੀ ਰੋਟੀ ਰੱਜਦੇ ਖਾਓਗੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਓਗੇ ਅਤੀ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ ਔਰ ਆਪਣੇ ਦੇਸ਼ ਦੇ ਵਿੱਚ ਸੁੱਖ ਨਾਲ ਰਹੋਗੇ ਬੋਲੋ ਹਾਲੇਲੂਯਾ 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 ਪਰਮੇਸ਼ਵਰ ਦੀ ਆਗਿਆਕਾਰੀ ਕਰਨ ਦੇ ਨਾਲ ਬਰਕਤਾਂ ਮਿਲਣੀਆਂ ਆ ਆਗਿਆਕਾਰੀ ਕਰਨ ਦੇ ਨਾਲ ਨਹੀਂ ਆਗਿਆਕਾਰੀ ਕਰਨ ਵਾਲਾ ਬੰਦਾ ਰੱਜ ਕੇ ਖਾਏਗਾ ਉਹ ਕਦੀ ਭੁੱਖਾ ਨਹੀਂ ਰਹੇਗਾ ਉਹਦੇ ਘਰ ਦੇ ਵਿੱਚ ਕਦੀ ਥੁੜ ਨਹੀਂ ਹੋਵੇਗੀ ਕਹਿੰਦੇ ਤੁਸੀਂ ਗੋਡੀ ਕਰਦੇ ਹੋਵੋਗੇ ਔਰ ਫਲ ਵੀ ਲੱਗਣਗੇ ਇਹ ਨਾ ਹੋਵੇ ਗੋਡੀ ਕਰਦੇ ਰਹੋ ਔਰ ਜਦ ਫਲ ਦਾ ਟਾਈਮ ਆਵੇ ਬੂਟਾ ਹੀ ਸੜ ਜਾਵੇ ਇਹ ਉਹਨਾਂ ਲੋਕਾਂ ਦੀਆਂ ਗੱਲਾਂ ਕਰ ਰਹੇ ਆ ਪ੍ਰਭੂ ਜਿਹੜੇ ਵਚਨਾਂ ਦੇ ਮੁਤਾਬਿਕ ਚੱਲਦੇ ਜਿਹੜੇ ਆਗਿਆ ਕਲੀ ਕਰਦੇ ਆ ਤੁਸੀਂ ਗੋਡੀ ਵੀ ਕਰੋਗੇ ਔਰ ਫਲ ਖਾਣ ਤੱਕ ਪੇੜ ਵੀ ਸਹੀ ਰਹੇਗਾ ਬੋਲੋ ਹਾਲੇਲੂਯਾ 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 ਕਿੰਨੇ ਜਣਾਂ ਨੂੰ ਸਮਝ ਲੱਗ ਰਹੀ ਆ ਆਗਿਆ ਕਲੀ ਪੁਰਾਣਾ ਹਲੇ ਖਾਂਦੇ ਹੋਵੋਗੇ ਨਵਾਂ ਹੋਰ ਆ ਜਾਏਗਾ ਔਰ ਪੁਰਾਣਾ ਪਿਆ ਹੋਏਗਾ ਬੋਲੋ ਹਾਲੇਲੂਯਾ ਹਾਲੇਲੂਯਾ ਇਹ ਆਗਿਆ ਕਲੀ ਕਰਨ ਦੀ ਬਰਕਤ ਆ ਕਈ ਲੋਕ ਰੋਟੀ ਤੋਂ ਹੀ ਮੁਤਾਜ ਰਹਿੰਦੇ ਆ ਘਰ ਚ ਆਟਾ ਹੈ ਨੀ ਕਦੀ ਦਾਲ ਹੈ ਨੀ ਕਦੀ ਕੁਛ ਹੈ ਨਹੀਂ ਕਾਰਨ ਅਣਆਗਿਆਕਾਰੀ ਘਰ ਦੇ ਵਿੱਚ ਸ਼ਾਂਤੀ ਹੈ ਨੀ ਘਰ ਦੇ ਵਿੱਚ ਲੜਾਈ ਝਗੜੇ ਆ ਕਾਰਨ ਅਣਆਗਿਆਕਾਰੀ ਅਣਆਗਿਆਕਾਰੀ ਦੇ ਰਿਜ਼ਲਟ ਆਏ ਦੇਖਿਆ ਗੋਡੀ ਤੁਸੀਂ ਕਰਦੇ ਹੋਵੋਗੇ ਔਰ ਫਲ ਤੱਕ ਵੀ ਪਹੁੰਚੋਗੇ ਇਹ ਨਾ ਹੋਵੇ ਗੋਡੀ ਕਰਦੇ ਰਹੋ ਗੋਡੀ ਕਰਦੇ ਰਹੋ ਜਦੋਂ ਫਲ ਖਾਣ ਦਾ ਟਾਈਮ ਆਵੇ ਫਲ ਮਿਲੇਗਾ ਹਾਲੇਲੂਯਾ ਹਾਲੇਲੂਯਾ ਹਾਂਜੀ ਅੱਗੇ ਕੰਟੀਨਿਊ ਕਰੀਏ ਅਤੇ ਮੈਂ ਹੁਣ ਦੇਸ਼ ਵਿੱਚ ਸੁੱਖ ਬਖਸ਼ਾ ਦਾ ਹਾਂਜੀ ਅਤੇ ਤੁਸੀਂ ਲੰਮੇ ਪਾਓਗੇ ਅਤੇ ਕੋਈ ਤੁਹਾਨੂੰ ਉਦਾਵੇਗਾ ਨਹੀਂ ਲਿਖਿਆ ਤੁਸੀਂ ਰੱਜ ਕੇ ਰੋਟੀ ਖਾਓਗੇ ਔਰ ਆਪਣੇ ਦੇਸ਼ ਦੇ ਵਿੱਚ ਸੁੱਖ ਨਾਲ ਰਹੋਗੇ ਮੈਂ ਬਹੁਤ ਸਾਰੇ ਲੋਕਾਂ ਤੋਂ ਸੁਣਿਆ ਆ ਜਿਹੜੇ ਵਿਦੇਸ਼ ਦੇ ਵਿੱਚ ਜਾਂਦੇ ਆ ਵੀ ਉੱਥੇ ਆਤਮਕ ਜੀਵਨ
ਰਹਿੰਦਾ ਹੀ ਨਹੀਂ, ਖਤਮ ਹੋ ਜਾਂਦਾ। ਬਾਈਬਲ ਸਾਨੂੰ ਕੀ ਆਖਦਾ? ਉਹਦੀ ਆਗਿਆਕਾਰੀ ਕਰੋ ਤੇ ਤੁਸੀਂ ਆਪਣੇ ਦੇਸ਼ ਦੇ ਵਿੱਚ ਸੁੱਖ ਨਾਲ ਰਹੋਗੇ। ਵਿਦੇਸ਼ ਦੇ ਵਿੱਚ ਨਹੀਂ ਲਿਖਿਆ। ਔਰ ਲੋਕ ਅੱਜ ਭੱਜਦੇ ਆ ਪੈਸੇ ਪਿੱਛੇ। ਹਾਲੇਲੂਇਆ, ਵਫ਼ਾਦਾਰ ਨਹੀਂ ਹੋਣਾ, ਆਗਿਆਕਾਰ ਨਹੀਂ ਹੋਣਾ, ਗਰੀਬੀ ਦਾ ਸ਼ਰਾਬ ਫਿਰ ਉੱਪਰ ਹੀ ਪਿਆ ਰਹਿਣਾ ਹੈ, ਉਹ ਟੁੱਟਣਾ ਨਹੀਂ ਆ। ਟੁੱਟੇਗਾ ਕਦੋਂ? ਜਦੋਂ ਤੁਸੀਂ ਆਗਿਆਕਾਰੀ ਦੇ ਵਿੱਚ ਆਓਗੇ। ਆਗਿਆਕਾਰੀ ਚ ਨਹੀਂ ਆਣਾ ਫਿਰ ਆਪਣੇ ਦਿਮਾਗ ਦੇ ਨਾਲ ਚੱਲਣਾ, ਨਹੀਂ ਵਿਦੇਸ਼ ਚ ਚੱਲ ਜਾਈਏ, ਚਾਹੇ ਝੂਠ ਬੋਲ ਕੇ, ਚਾਹੇ ਜਿੱਦਾਂ ਮਰਜ਼ੀ, ਚਾਹੇ ਕੰਟਰੈਕਟ ਮੈਰਿਜ ਕਰਾ ਕੇ ਚਲੇ ਜਾਈਏ, ਉੱਥੇ ਜਾ ਕੇ ਡਿਵੋਰਸ ਕਰਾ ਲਾਂਗੇ, ਕੋਈ ਗੱਲ ਨਹੀਂ। ਜਾਂਦੇ ਕਿ ਨਹੀਂ ਜਾਂਦੇ? ਉਹਨਾਂ ਨੂੰ ਇਹ ਨਹੀਂ ਪਤਾ ਕਿ ਪਰਮੇਸ਼ਵਰ ਦਾ ਵਚਨ ਟੁੱਟਦਾ ਹੈ, ਤਲਾਕ ਦੇਣਾ ਕੋਈ ਖੇਡ ਨਹੀਂ ਪਿਆ। ਅੱਜ ਕਿੱਦਾਂ ਸ਼ੈਤਾਨ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਰੱਖਿਆ ਹੋਇਆ। ਬਾਈਬਲ ਸਾਨੂੰ ਕੀ ਆਖਦਾ? ਤੂੰ ਆਗਿਆਕਾਰੀ ਕਰ ਤਾਂ ਤੂੰ ਆਪਣੇ ਦੇਸ਼ 'ਚ ਸੁੱਖ ਨਾਲ ਰਹੇਗਾ, ਆਪਣੇ ਘਰ 'ਚ ਸੁੱਖ ਨਾਲ ਰਹੇਗਾ, ਆਪਣੀ ਬੋਡੀ 'ਚ ਸੁੱਖ ਨਾਲ ਰਹੇਗਾ। ਕਈ ਲੋਕ ਆਪਣੀ ਬੋਡੀ 'ਚ ਹੈਗੇ ਤਾਂ ਹੈ ਲੇਕਿਨ ਉਹ ਸੁੱਖ ਦੇ ਨਾਲ ਨਹੀਂ, ਬਿਮਾਰੀਆਂ ਦੇ ਨਾਲ ਘਿਰੇ ਹੋਇਆ, ਦਰਦਾਂ ਦੇ ਨਾਲ ਘਿਰੇ ਹੋਇਆ। ਇਹ ਕਾਰਨ ਅਣ ਆਗਿਆਕਾਰੀ। ਲੱਕ 'ਚੋਂ ਦਰਦ ਹੱਟਦੀ ਲੱਤ ਦੇ ਵਿੱਚ ਚੱਲ ਜਾਂਦੀ ਹੈ, ਲੱਤ 'ਚੋਂ ਹੱਟਦੇ ਸਿਰ 'ਚ ਚੱਲ ਜਾਂਦੀ ਹੈ। ਕੀ ਆ? ਕਦੇ BP ਹਾਈ ਹੋ ਗਿਆ, ਕਦੇ ਸ਼ੂਗਰ ਹਾਈ ਹੋ ਗਈ ਆ, ਇਹ ਕੀ ਆ? ਅਣ ਆਗਿਆਕਾਰੀ। ਆਗਿਆਕਾਰੀ ਕਰੋ, ਇੱਕ ਵਾਰੀ ਛੁਟਕਾਰਾ ਲਓ ਔਰ ਆਗਿਆਕਾਰੀ ਦੇ ਵਿੱਚ ਹੀ ਰਹੋ, ਕਦੀ ਬਿਮਾਰੀ ਦੁਬਾਰਾ ਨਹੀਂ ਆਏਗੀ। ਜਦੋਂ ਤੁਸੀਂ ਦੁਬਾਰਾ ਪੁਰਾਣੀ ਆਦਤਾਂ 'ਚ ਜਾਂਦੇ ਆ ਫਿਰ ਹੀ ਪੁਰਾਣੀ ਬਿਮਾਰੀ ਤੁਹਾਡੇ ਜੀਵਨ ਦੇ ਵਿੱਚ ਆਉਂਦੀ ਹੈ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਨੂੰ ਸਮਝ ਲੱਗ ਰਹੀ ਹੈ? ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ ਕੰਟੀਨਿਊ ਕਰੀਏ। ਅਤੇ ਮੈਂ ਉਸ ਦੇਸ਼ ਵਿੱਚ ਸੁੱਖ ਬਖਸ਼ਾਂਗਾ। ਹਾਂਜੀ। ਅਤੇ ਤੁਸੀਂ ਲੰਮੇ ਪਾਓਗੇ ਅਤੇ ਕੋਈ ਤੁਹਾਨੂੰ ਦਰਾਵੇਗਾ ਨਹੀਂ। ਹਾਂਜੀ। ਅਤੇ ਮੈਂ ਮਾੜੇ ਦਰਿੰਦੇ ਦੇਸ਼ ਵਿੱਚੋਂ ਕੱਢਾਂਗਾ। ਮੈਂ ਮਾੜੇ ਦਰਿੰਦੇ ਦੇਸ਼ ਦੇ ਵਿੱਚੋਂ ਕੱਢ ਦਵਾਂਗਾ। ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਾ ਲੱਗੇਗੀ। ਔਰ ਤਲਵਾਰ ਤੁਹਾਡੇ ਦੇਸ਼ ਦੇ ਵਿੱਚੋਂ ਨਾ ਲੱਗੇਗੀ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਤੁਸੀਂ ਲੰਮੇ ਪਏ ਹੋਵੋਗੇ, ਤੁਹਾਨੂੰ ਪਰੇਸ਼ਾਨ ਕਰਨ ਵਾਲਾ ਕੋਈ ਨਹੀਂ ਹੋਏਗਾ, ਕੋਈ ਕਰਜ਼ਾਈ ਤੁਹਾਨੂੰ ਤੰਗ ਨਹੀਂ ਕਰੇਗਾ ਔਰ ਨਾ ਹੀ ਤੁਸੀਂ ਕਰਜ਼ੇ ਦੇ ਹੇਠ ਹੋਵੋਗੇ। ਕਦੋਂ? ਜਦੋਂ ਤੁਸੀਂ ਆਗਿਆਕਾਰੀ ਦੇ ਵਿੱਚ ਚੱਲੋਗੇ। ਲਿਖਿਆ ਤੁਸੀਂ ਆਰਾਮ ਦੇ ਨਾਲ ਸੋਵੋਗੇ, ਤੁਹਾਨੂੰ ਉਠਾਉਣ ਵਾਲਾ ਨਹੀਂ ਹੋਏਗਾ, ਤੁਹਾਨੂੰ ਤੰਗ ਕਰਨ ਵਾਲਾ ਨਹੀਂ ਹੋਏਗਾ। ਆਪਣੀ ਨੀਂਦ ਸੋਵੋਗੇ ਤਾਂ ਆਪਣੀ ਨੀਂਦ ਹੀ ਉੱਠੋਗੇ ਬਿਨਾਂ ਟੈਨਸ਼ਨ ਤੋਂ, ਅਗਰ ਤੁਸੀਂ ਆਗਿਆਕਾਰੀ ਦੇ ਵਿੱਚ ਰਹਿੰਦੇ ਆ। ਖੁਦਾਵੰਦ ਖੁਦਾ ਆਖਦੇ ਆ ਕਿ ਉਹਨਾਂ ਨੂੰ ਮੈਂ ਕੱਢ ਦਵਾਂਗਾ ਅਗਰ ਤੁਸੀਂ ਆਗਿਆਕਾਰੀ ਦੇ ਵਿੱਚ ਰਹੋਗੇ। ਅਗਰ ਤੁਸੀਂ ਅਣ ਆਗਿਆਕਾਰੀ ਦੇ ਵਿੱਚ ਰਹੋਗੇ ਤਾਂ ਫਿਰ ਉਹੀ ਤੁਹਾਡਾ ਰੁਟੀਨ ਵਾਲਾ ਜੀਵਨ ਹੈ, ਕਦੀ ਲੱਤ 'ਚ ਦਰਦ ਤੇ ਕਦੀ ਕਮਰ ਦੇ ਵਿੱਚ ਦਰਦ ਤੇ ਕਦੀ ਬੱਖੀ ਦੇ ਵਿੱਚ ਦਰਦ। ਇਹ ਆਗਿਆਕਾਰੀ ਦਾ ਰਿਜ਼ਲਟ ਨਹੀਂ ਹੈ, ਇਹ ਅਣ ਆਗਿਆਕਾਰੀ। ਬਿਮਾਰੀ ਜਿਹੜੀ ਆ ਉਹ ਖੁਦਾਵੰਦ ਦੇ ਨਾਮ ਦੇ ਅੱਗੇ ਕਦੀ ਰੁਕ ਨਹੀਂ ਸਕਦੀ, ਕਦੀ ਠਹਿਰ ਨਹੀਂ ਸਕਦੀ, ਉਹਨੂੰ ਜਾਣਾ ਪੈਂਦਾ ਹੈ। ਅਗਰ ਅਸੀਂ ਆਗਿਆਕਾਰੀ ਦੇ ਵਿੱਚ ਹਾਂ, ਬਿਮਾਰੀ ਉਦੋਂ ਠਹਿਰਦੀ ਹੈ, ਸ਼ੈਤਾਨ ਉਦੋਂ ਹੀ ਠਹਿਰਦਾ ਆ ਜਦੋਂ ਅਸੀਂ ਅਣ ਆਗਿਆਕਾਰੀ ਦੇ ਵਿੱਚ ਰਹਿੰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਕਰੀ ਅੱਗੇ ਕੰਟੀਨਿਊ ਕਲਾਮ ਨੂੰ। ਅਤੇ ਤੁਸੀਂ ਆਪਣੇ ਵੈਰੀਆਂ ਨੂੰ ਭਜਾਓਗੇ। ਹਾਂਜੀ। ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ ਨਿਕਲਣਗੇ। ਹਾਂਜੀ। ਅਤੇ ਪੰਜ ਤੁਹਾਡੇ ਵਿੱਚੋਂ 100 ਨੂੰ ਭਜਾਉਣਗੇ। ਪੰਜ ਤੁਹਾਡੇ ਵਿੱਚੋਂ 100 ਨੂੰ ਭਜਾਉਣਗੇ। ਅਤੇ 100 ਤੁਹਾਡੇ ਵਿੱਚੋਂ 10,000 ਨੂੰ ਭਜਾਉਣਗੇ। 100 ਤੁਹਾਡੇ ਵਿੱਚੋਂ 10,000 ਦਰਿੰਦਿਆਂ ਨੂੰ ਭਜਾਉਣਗੇ, ਵੈਰੀਆਂ ਨੂੰ ਭਜਾਉਣਗੇ। ਅੱਜ ਸਾਡਾ ਵੈਰੀ ਕੌਣ ਆ? ਇਹ ਉਸ ਸਮੇਂ ਦੀ ਗੱਲ ਹੋ ਰਹੀ ਆ ਜਦੋਂ ਇਸਰਾਇਲੀ ਲੋਕਾਂ ਦੀ ਗੱਲ ਹੋ ਰਹੀ ਆ ਕਿ ਜਿਹੜੇ ਲੋਕ ਉਹਨਾਂ ਦੇ ਬਰਖਿਲਾਫ਼ ਸੀਗੇ, ਦੂਸਰੇ ਦੇਸ਼ਾਂ ਦੇ ਇਸਰਾਇਲੀ ਲੋਕਾਂ ਦੇ ਵਰਖਲਾਪ ਹੋ ਗਏ ਸੀਗੇ। ਪਰਮੇਸ਼ਵਰ ਮੂਸਾ ਦੇ ਰਾਹੀਂ ਗੱਲ ਕਰਦੇ ਆ ਕਿ ਤੁਸੀਂ ਅਗਰ ਆਗਿਆਕਾਰੀ ਦੇ ਵਿੱਚ ਹੋਵੋਗੇ ਤੇ 5 ਲੋਕ ਹਜ਼ਾਰਾਂ ਨੂੰ ਦੜਾਉਣਗੇ। ਹਾਲੇਲੂਇਆ, ਹਾਲੇਲੂਇਆ। ਅੱਜ ਸਾਡਾ ਵੈਰੀ ਕੌਣ ਆ? ਅੱਜ ਸਾਡਾ ਵੈਰੀ ਕੌਣ ਆ? ਸ਼ੈਤਾਨ ਆ। ਅੱਜ ਅਸੀਂ ਉਹਨੂੰ ਕਿਉਂ ਨਹੀਂ ਦੜਾ ਪਾਉਂਦੇ ਆਪਣੇ ਜੀਵਨ ਦੇ ਵਿੱਚ? ਅੱਜ ਅਸੀਂ ਉਹਨੂੰ ਕਿਉਂ ਨਹੀਂ ਕੱਢ ਪਾਉਂਦੇ ਆਪਣੀ ਲਾਈਫ ਦੇ ਵਿੱਚੋਂ, ਆਪਣੀ ਬੋਡੀ ਦੇ ਵਿੱਚੋਂ, ਆਪਣੇ ਰਿਸ਼ਤੇਦਾਰਾਂ ਚੋਂ, ਆਪਣੇ ਪਰਿਵਾਰ ਦੇ ਮੈਂਬਰਾਂ ਚੋਂ? ਅਣ ਆਗਿਆਕਾਰੀ।
ਉਹਦੇ ਵਚਨਾਂ ਦੇ ਮੁਤਾਬਿਕ ਆਪਾਂ ਚੱਲ ਨਹੀਂ ਰਹੇ ਹਾਂ, ਇਸੇ ਕਰਕੇ ਸ਼ੈਤਾਨ ਸਾਡੇ ਉੱਤੇ ਹੈਵੀ ਆ। ਉਹ ਕਦੋਂ ਕਮਜ਼ੋਰ ਹੁੰਦਾ ਆ? ਜਦੋਂ ਤੁਸੀਂ ਵਚਨ ਚ ਮਜ਼ਬੂਤ ਹੋ ਜਾਂਦੇ ਆ। ਜਦੋਂ ਤੁਸੀਂ ਵਚਨ ਚ ਕਮਜ਼ੋਰ ਹੋਵੋਗੇ, ਪ੍ਰਾਰਥਨਾ ਚ ਕਮਜ਼ੋਰ ਹੋਵੋਗੇ, ਫਿਰ ਉਹ ਤੁਹਾਡੇ ਉੱਪਰ ਪੂਰਾ ਹੈਵੀ ਹੋਏਗਾ। ਉਹਨੂੰ ਕਮਜ਼ੋਰ ਕਰਨ ਦੇ ਲਈ ਤੁਹਾਨੂੰ ਬਾਈਬਲ ਦੇ ਵਿੱਚ ਆਉਣਾ ਪੈਣਾ, ਉਹਨੂੰ ਕਮਜ਼ੋਰ ਕਰਨ ਦੇ ਲਈ ਤੁਹਾਨੂੰ ਪ੍ਰਾਰਥਨਾ ਦੇ ਵਿੱਚੋਂ ਦੀ ਲੰਘਣਾ ਪੈਣਾ ਹੈ, ਫਿਰ ਸ਼ੈਤਾਨ ਕਮਜ਼ੋਰ ਹੋਏਗਾ, ਫਿਰ ਤੁਸੀਂ ਆਪਣੀ ਬੋਡੀ ਦੇ ਵਿੱਚ ਉਸ ਗੰਦੇ ਦਰਿੰਦੇ ਨੂੰ ਕੱਢ ਪਾਓਗੇ, ਬਿਮਾਰੀ ਵਾਲੇ ਦਰਿੰਦੇ ਨੂੰ, ਪਰੇਸ਼ਾਨੀ ਵਾਲੇ ਦਰਿੰਦੇ ਨੂੰ, ਹਰ ਇੱਕ ਤਰ੍ਹਾਂ ਦਾ ਜੋ ਵੀ ਤੁਹਾਡੇ ਤੋਂ ਗਲਤ ਕੰਮ ਕਰਵਾਉਂਦਾ ਹੈ ਸ਼ੈਤਾਨ, ਤੁਸੀਂ ਆਪਣੀ ਬੋਡੀ ਦੇ ਵਿੱਚ ਉਹਨੂੰ ਕੱਢ ਪਾਓਗੇ। ਆਗਿਆਕਾਰੀ ਦੇ ਕਾਰਨ ਬੋਲੋ ਹਾਲੇਲੂਯਾ, 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 ਹਾਲੇਲੂਯਾ। ਅੱਜ ਅੱਗੇ ਕੰਟੀਨਿਊ ਕਰੀਏ। ਅਸੀਂ ਤੁਹਾਡੇ ਵੈਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ। ਹਾਂਜੀ, ਮੈਂ ਤੁਹਾਡੀ ਵੱਲ ਧਿਆਨ ਕਰਾਂਗਾ, ਮੈਂ ਤੁਹਾਡੀ ਵੱਲ ਧਿਆਨ ਕਰਾਂਗਾ ਜਦੋਂ ਤੁਸੀਂ ਮੇਰੇ ਵੱਲ ਧਿਆਨ ਕਰੋਗੇ। ਜਦੋਂ ਤੁਸੀਂ ਉਹਦੇ ਕਲਾਮ ਦੇ ਵੱਲ, ਉਹਦੀਆਂ ਗੱਲਾਂ ਦੇ ਵੱਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ, ਤੇ ਬਾਈਬਲ ਕੀ ਆਖਦਾ? ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਵੱਲ ਧਿਆਨ ਕਰਾਂਗਾ, ਅਸੀਂ ਤੁਹਾਨੂੰ ਬੁਲਾਵਾਂਗਾ, ਤੁਹਾਨੂੰ ਵਧਾਵਾਂਗਾ, ਤੁਹਾਨੂੰ ਫੈਲਾਵਾਂਗਾ, ਤੁਹਾਨੂੰ ਤੰਦਰੁਸਤੀ ਦੇਵਾਂਗਾ। ਹਾਂਜੀ, ਅਸੀਂ ਤੁਹਾਨੂੰ ਵਧਾਵਾਂਗਾ। ਹਾਂਜੀ, ਅਸੀਂ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ, ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ ਕਿ ਮੈਂ ਜਲੋਇਆ ਕਰਨ ਵਾਲਾ ਪਰਮੇਸ਼ਵਰ ਆ। ਉਹਨਾਂ ਲੋਕਾਂ ਦੇ ਨਾਲ ਨੇਮ ਕਾਇਮ ਰੱਖੇਗਾ ਜਿਹੜੇ ਆਗਿਆਕਾਰੀ ਦੇ ਵਿੱਚ ਆ, ਜਿਹੜੇ ਉਹਦੇ ਵਚਨਾਂ ਦੇ ਵਿੱਚ ਆ, ਜਿਹੜੇ ਉਹਦੇ ਡਰ ਦੇ ਵਿੱਚ ਆ। ਅਗਰ ਤੁਹਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਦਾ ਡਰ ਆ, ਤੇ ਤੁਸੀਂ ਪਾਪ ਤੋਂ ਕੰਬੋਗੇ, ਪਾਪ ਕਰਨ ਤੋਂ ਕੰਬੋਗੇ, ਤੁਹਾਨੂੰ ਡਰ ਲੱਗੇਗਾ। ਅਗਰ ਤੁਸੀਂ ਰੱਬ ਦੇ ਡਰ ਚ ਨਹੀਂ ਆ, ਤੇ ਪਾਪ ਤੁਸੀਂ ਬੜੇ ਆਰਾਮ ਦੇ ਨਾਲ ਕਰ ਲਓਗੇ। ਔਰ ਬਾਈਬਲ ਕੀ ਆਖਦਾ ਆ? ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਵੱਲ ਧਿਆਨ ਦਿਆਂਗਾ। ਅਗਰ ਬਿਮਾਰੀ ਤੋਂ ਚੰਗਿਆਈ ਨਹੀਂ ਮਿਲਦੀ, ਇਹਦਾ ਮਤਲਬ ਤੁਹਾਡਾ ਧਿਆਨ ਜਿਹੜਾ ਪਰਮੇਸ਼ਵਰ ਦੇ ਵਚਨਾਂ ਦੇ ਵੱਲ ਨਹੀਂ ਆ। ਇਸੇ ਕਰਕੇ ਪਰਮੇਸ਼ਵਰ ਦਾ ਧਿਆਨ ਤੁਹਾਡੇ ਵੱਲ ਨਹੀਂ ਆ। ਕਿੰਨੇ ਜਣਿਆਂ ਨੂੰ ਸਮਝ ਲੱਗ ਰਹੀ ਆ? ਬੋਲੋ ਹਾਲੇਲੂਯਾ, 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 ਹਾਲੇਲੂਯਾ। ਬਾਈਬਲ ਚ ਲਿਖਿਆ ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਵੱਲ ਧਿਆਨ ਦੇਵਾਂਗਾ, ਤੁਹਾਨੂੰ ਫੈਲਾਵਾਂਗਾ, ਤੁਹਾਨੂੰ ਕਮਜ਼ੋਰ ਨਹੀਂ ਕਰਾਂਗਾ, ਤੁਹਾਨੂੰ ਗਰੀਬ ਨਹੀਂ ਕਰਾਂਗਾ, ਤੁਹਾਨੂੰ ਨੌਕਰ ਦੇ ਵਿੱਚ ਨਹੀਂ ਲਾਵਾਂਗਾ ਮੈਂ। ਲਿਖਿਆ ਤੁਸੀਂ ਮੇਰੇ ਵਚਨਾਂ ਦੇ ਵੱਲ ਧਿਆਨ ਦਿਓ, ਆਗਿਆਕਾਰੀ ਦੇ ਵਿੱਚ ਆ ਜਾਓ, ਉਹਨਾਂ ਨੂੰ ਮੰਨਣਾ ਸ਼ੁਰੂ ਕਰੋ, ਤੇ ਮੈਂ ਤੁਹਾਨੂੰ ਵਧਾਵਾਂਗਾ, ਮੈਂ ਤੁਹਾਨੂੰ ਫੈਲਾਵਾਂਗਾ, ਤੁਸੀਂ ਗੋਡੀ ਵੀ ਕਰੋਗੇ ਔਰ ਪੇੜ ਦਾ ਫਲ ਵੀ ਖਾਓਗੇ। ਬੋਲੋ ਹਾਲੇਲੂਯਾ, 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 ਹਾਲੇਲੂਯਾ। ਇਹਦਾ ਕੀ ਆ? ਚਰਚ ਆਈ ਜਾ ਰਹੇ ਔਰ ਬਾਅਦ ਵਿੱਚ ਅੰਦਰ ਦਾ ਨਸੀਬ ਹੋਵੇ। ਆਪਾਂ ਪੜਿਆ ਕਲਾਮ ਦੇ ਵਿੱਚ, ਤੁਸੀਂ ਗੋਡੀ ਵੀ ਕਰੋਗੇ ਔਰ ਫਲ ਵੀ ਖਾਓਗੇ। ਹੁਣ ਗੋਡੀ ਕਰਨ ਦਾ ਟਾਈਮ ਆ, ਗੋਡੀ ਜਰਾ ਡੂੰਗੀ ਕਰੋ ਔਰ ਸਹੀ ਤਰੀਕੇ ਦੇ ਨਾਲ ਕਰੋ, ਤਾਂ ਜੋ ਪੇੜ ਨੂੰ ਫਲ ਲੱਗੇ ਔਰ ਫਲ ਤੁਹਾਨੂੰ ਨਸੀਬ ਹੋਵੇ। ਤਾਨਿਆ ਉਹ ਬਾਈਬਲ ਚ ਲਿਖਿਆ, ਤਾਨਿਆ ਉਹ ਬੰਦਾ ਜਿਹੜਾ ਫਿਰਦੌਸ ਦੇ ਵਿੱਚ ਰੋਟੀ ਖਾਏਗਾ, ਯਾਨੀ ਕਿ ਸਵਰਗ ਦੇ ਵਿੱਚ ਰੋਟੀ ਖਾਏਗਾ। ਇਹ ਨਾ ਹੋਵੇ ਗੋਡੀ ਕਰਦੇ ਰਹੋ ਇੱਥੇ ਤੇ ਨਰਕ ਦੇ ਵਿੱਚ ਚਲੇ ਜਾਓ, ਗੰਧਕ ਦੀ ਅੱਗ ਦੇ ਵਿੱਚ ਚਲੇ ਜਾਓ। ਗੋਡੀ ਵੀ ਕਰੋ ਔਰ ਫਲ ਵੀ ਖਾਓ ਸਵਰਗ ਦੇ ਵਿੱਚ, ਖੁਦਾ ਬੰਦੇ ਨਾਲ ਬਹਿ ਕੇ ਸਾਰੀ ਕਲੀਸਿਆ ਬੋਲੇ ਆਮੇਨ, ਆਮੇਨ, ਹਾਲੇਲੂਯਾ। ਕਿੰਨੇ ਜਣਿਆਂ ਨੂੰ ਸਮਝ ਲੱਗ ਰਹੀ ਆ? ਫਿਰ ਘਾਟਾ ਜਿਹੜਾ ਹੈ ਉਹ ਪੂਰਾ ਹੋ ਜਾਏਗਾ। ਘਾਟਾ ਕਿਉਂ ਰਹਿੰਦਾ ਹੈ ਬੰਦੇ ਦੇ ਜੀਵਨ ਦੇ ਵਿੱਚ? ਆਪਾਂ ਅੱਗੇ ਕਲਾਮ ਦੇ ਵਿੱਚ ਪੜ੍ਹਦੇ ਹਾਂ, ਗਰੀਬੀ ਕਿਉਂ ਉੱਪਰ ਰਹਿੰਦੀ ਆ? ਕਿਉਂ ਬਰਤਨ ਖਾਲੀ ਰਹਿੰਦੇ ਰਸੋਈ ਘਰ ਦੇ ਵਿੱਚ? ਕਿਉਂ ਆਟੇ ਵਾਲਾ ਪੀਪਾ ਖਾਲੀ ਰਹਿੰਦਾ ਆ? ਕਿਉਂ ਬਰਤਨ ਖਾਲੀ ਰਹਿੰਦੇ ਆ? ਪੜ੍ਹੋ ਕਲਾਮ, ਤੁਹਾਨੂੰ ਤੇ ਮੈਨੂੰ ਕੀ ਆਖਦਾ ਆ? ਹਾਂਜੀ, ਅੱਗੇ ਕੰਟੀਨਿਊ ਕਰੀਏ। ਅਤੇ ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ। ਕੀ ਲਿਖਿਆ? ਅਤੇ ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ। ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੇ ਪਦਾਰਥਾਂ ਨੂੰ ਕੱਢੋਗੇ। ਨਵੇਂ ਪਦਾਰਥਾਂ ਦੇ ਕਾਰਨ ਤੁਸੀਂ ਪੁਰਾਣਿਆਂ ਨੂੰ ਕੱਢੋਗੇ, ਪੁਰਾਣਾ ਵਿਆਹ ਹੋਏਗਾ, ਨਵਾਂ ਹੋਰ ਉੱਪਰ ਆ ਜਾਏਗਾ। ਬੋਲੋ ਹਾਲੇਲੂਯਾ, ਹਾਲੇਲੂਯਾ। ਇਹ ਆਗਿਆਕਾਰੀ ਕਰਨ ਦਾ ਰਿਜ਼ਲਟ ਆ। ਬਾਈਬਲ ਕੀ ਆਖਦਾ ਆ? ਪਰਮੇਸ਼ਵਰ ਕਹਿੰਦੇ ਮੈਂ ਤੁਹਾਡੇ ਵੱਲ ਧਿਆਨ ਦੇਵਾਂਗਾ, ਤੁਹਾਨੂੰ ਫੈਲਾਵਾਂਗਾ, ਤੁਹਾਨੂੰ ਵਧਾਵਾਂਗਾ, ਤੁਹਾਡੀ ਕੇਅਰ ਕਰਾਂਗਾ, ਔਰ ਤੁਸੀਂ ਪੁਰਾਣੇ ਪਦਾਰਥ ਖਾਓਗੇ ਔਰ ਨਵੀਆਂ ਦੇ ਕਾਰਨ ਪੁਰਾਣੀਆਂ ਨੂੰ ਕੱਢੋਗੇ। ਕਿੰਨਾ ਜਾਣ ਨੂੰ ਸਮਝ ਲੱਗ ਰਹੀ ਆ? ਇਹ ਪਰਮੇਸ਼ਵਰ ਦੇ ਵਚਨਾਂ ਦੀ ਆਗਿਆਕਾਰੀ ਦਾ ਰਿਜ਼ਲਟ ਹੈ। ਇਹ ਗੋਡੀ ਵੀ ਕਰਨੀ ਆ ਔਰ ਫਲ ਵੀ ਖਾਣਾ ਆ। ਕਈ ਲੋਕ ਗੋਡੀ ਕਰਦੇ ਰਹਿੰਦੇ ਆ ਔਰ ਨਰਕ ਦੇ ਵਿੱਚ ਬੈਠ ਜਾਂਦੇ, ਫਲ ਮਿਲਦਾ ਹੀ ਨਹੀਂ ਆ। ਅਸੀਂ ਕਿਹੜੀ ਦੌੜ ਦੌੜ ਰਹੇ ਹਾਂ? ਅਸੀਂ ਆਤਮਕ ਦੌੜ ਦੌੜ ਰਹੇ ਹਾਂ ਔਰ ਸਾਨੂੰ ਇਨਾਮ ਵੀ ਮਿਲੇਗਾ ਸਵਰਗ ਜਾਣ ਦਾ। ਬੋਲੋ ਹਾਲੇਲੂਯਾ, ਹਾਲੇਲੂਯਾ। ਅਗਰ ਆਗਿਆਕਾਰੀ ਦੇ ਵਿੱਚ ਹੋ ਕੇ ਦੌੜੋਗੇ,
अगर आज्ञाकारी दे विच होगे दौड़ोगे फिर तुहानू इनाम मिलेगा। जितने वाला इनाम पाउंदा है हारन वाला नहीं, हारन वाले नूं की मिलदा शर्मिंदगी। मैं तुहानू वी कलाम दे विचों दसदा है, हालेलुया हालेलुया। आपके जो आप कलाम जो पढ़ने हैं तुहानू पता नहीं परमेश्वर ने कहा मैं तुहाडे वल ध्यान देवांगा अगर तुसी मेरे वल ध्यान दोगे, ਤੁਸੀਂ ਮੇਰੇ ਵਚਨਾਂ ਦੇ ਮੁਤਾਬਿਕ ਚੱਲਣਾ ਸ਼ੁਰੂ ਕਰੋ ਤੇ ਮੈਂ ਵਫਾਦਾਰ ਪਰਮੇਸ਼ਵਰ ਹਾਂ। ਬਾਈਬਲ ਚ ਤਾਂ ਲਿਖਿਆ ਕਿ ਮੈਂ ਵਫਾਦਾਰ ਪਰਮੇਸ਼ਵਰ ਹਾਂ, ਆਸ਼ੀਸ਼ਾਂ ਦੇਣ ਦੇ ਲਈ ਤੁਹਾਨੂੰ ਵਫਾਦਾਰ ਹੋਣ ਦੀ ਲੋੜ ਹੈ। ਤੁਸੀਂ ਵਫਾਦਾਰ ਉਹਦੀ ਆਗਿਆ ਦੇ ਵਿੱਚ ਆ ਜਾਓ, ਡੈਫੀਨੇਟਲੀ ਤੁਹਾਨੂੰ ਚੰਗਿਆਈ ਮਿਲੇਗੀ, ਡੈਫੀਨੇਟਲੀ ਤੁਹਾਨੂੰ ਛੁਟਕਾਰਾ ਮਿਲੇਗਾ, ਡੈਫੀਨੇਟਲੀ ਤੁਸੀਂ ਰੂਹ ਦੇ ਵਿੱਚ ਭਰਪੂਰ ਕੀਤੇ ਜਾਓਗੇ। ਬੋਲੋ ਹਾਲੇਲੂਯਾ ਹਾਲੇਲੂਯਾ। ਸਿਰਫ ਔਰ ਸਿਰਫ ਉਹਦੀ ਆਗਿਆਕਾਰੀ ਦੇ ਵਿੱਚ ਆਉਣ ਦੀ ਜ਼ਰੂਰਤ ਆ। ਬਰਤਨ ਕਦੀ ਖਾਲੀ ਨਹੀਂ ਹੋਣਗੇ, ਕਦੀ ਸ਼ਰਾਬ ਦੇ ਸ਼ਰਾਬ ਪੀ ਕਦੀ ਰਸੋਈ ਘਰ ਦੇ ਉੱਤੇ ਆਏਗਾ, ਬਰਤਨ ਭਰੇ ਰਹਿਣਗੇ। ਲਿਖਿਆ ਪੁਰਾਣਾ ਪਦਾਰਥ ਪਿਆ ਹੋਏਗਾ, ਨਵਾਂ ਹੋਰ ਆ ਜਾਏਗਾ, ਪਰ ਤੁਸੀਂ ਉਹਨਾਂ ਦੇ ਵਿੱਚ ਮਿਕਸ ਨਹੀਂ ਕਰੋਗੇ, ਨਵਾਂ ਦਾਨ ਦੇ ਦੋਗੇ ਕਿਸੇ ਨੂੰ ਦੂਸਰੇ ਨੂੰ। ਪੁਰਾਣਾ ਜਿਹੜਾ ਪਿਆ ਹੈ ਤੁਹਾਡੇ ਕੋਲ ਉਹ ਤੁਸੀਂ ਦਾਨ ਦੇ ਦੋਗੇ ਕਿਸੇ ਨੂੰ, ਪੁਰਾਣੇ ਪੁਰਾਣੇ ਕੱਪੜੇ ਤੁਹਾਡੇ ਕੋਲ ਨਵੇਂ ਇਸ ਤਰ੍ਹਾਂ ਦੇ ਆ ਜਾਣਗੇ, ਤੁਸੀਂ ਪੁਰਾਣੇ ਦੋਗੇ। ਨਵਾਂ ਰਾਸ਼ਨ ਉੱਤੇ ਆ ਜਾਏਗਾ, ਪੁਰਾਣਾ ਦੋਗੇ। ਇਹ ਬਰਕਤ ਆ ਆਗਿਆ ਕਰੀ ਦੀ। ਕਈਆਂ ਦੇ ਪਹਿਲਾਂ ਹੀ ਖਾਲੀ ਹੁੰਦੇ ਆ, ਉਹ ਮੈਂ ਸਾਫ ਕਰਕੇ ਪਾਉਣਾ ਪੈਂਦਾ। ਕਿਹਨੇ ਕਿਹਨਾਂ ਨੂੰ ਸਮਝ ਲੱਗ ਰਹੀ ਆ? ਇਹ ਆਗਿਆਕਾਰੀ ਦਾ ਰਿਜ਼ਲਟ ਨਹੀਂ ਆ, ਅੱਲਾ ਦਾ ਸੰਬੰਧ ਤੇ ਜਾਣਾ ਕਾਫੀ ਨਹੀਂ ਆ ਕਿ ਸਾਨੂੰ ਬਰਕਤ ਮਿਲ ਜਾਏਗੀ, ਬਰਕਤ ਮਿਲ ਜਾਏਗੀ। ਹੋਰ ਵੀ ਕਲਾਮ ਆ ਪੂਰੇ ਕਰਨ ਵਾਲੇ, ਕੱਲੇ ਤੁਹਾਨੂੰ ਜਿਹੜੇ ਜਿਹੜੇ ਹੁਕਮ ਦੇਖਦੇ ਤੁਸੀਂ ਉਹਨਾਂ ਨੂੰ ਪੂਰਾ ਕਰਦੇ, ਜਿਹੜੇ ਤੁਸੀਂ ਕਰ ਸਕਦੇ ਆ, ਜਿਹੜਾ ਉਹ ਚਾਹੁੰਦਾ ਆ ਉਹਨਾਂ ਨੂੰ ਪੂਰਾ ਕਰੋ। ਉਹ ਸਾਰੇ ਚਾਹੁੰਦਾ ਆ ਪੂਰੇ ਕਰਨਾ, ਸਾਰਾ ਹੀ ਸਰੀਰ ਤੁਹਾਡਾ ਜਾਣਾ ਹੈ, ਆਤਮਾ ਜਿਹੜਾ ਸਰੀਰ ਰਹਿ ਜਾਣਾ ਤੇ ਜਲਾਲੀ ਸਰੀਰ ਤੁਹਾਨੂੰ ਮਿਲਣਾ, ਉਹ ਸਾਰਾ ਹੀ ਸਵਰਗ ਤੇ ਜਾਣਾ ਹੈ, ਅੱਧਾ ਨਹੀਂ। ਵੀ ਜੇ ਤੁਸੀਂ ਕਹੋ ਕਿ ਜਿਹੜੇ ਜਿਹੜੇ ਹੁਕਮ ਤੁਹਾਨੂੰ ਚੰਗੇ ਲੱਗਦੇ ਉਹੀ ਪੂਰੇ ਕਰ ਲਓ ਤੇ ਸਵਰਗ ਤੇ ਚਲੇ ਜਾਓਗੇ, ਨਹੀਂ, ਸਾਰੇ ਹੀ ਪੂਰੇ ਕਰਨੇ ਪੈਣੇ ਆ, ਤਾਂ ਹੀ ਉਹ ਤੁਹਾਡਾ ਸਾਰਾ ਆਤਮਾ ਸਵਰਗ ਦੇ ਵਿੱਚ ਜਾਏਗਾ। ਅੱਧਾ ਨਹੀਂ ਕਿ ਬਾਹਾਂ ਚਲਣਗੀਆਂ ਤਾਂ ਲੱਤਾਂ ਰਹਿ ਗਈ, ਏਦਾਂ ਨਹੀਂ ਹੋਣਾ। ਸਾਰਾ ਕਲਾਮ ਤੁਹਾਨੂੰ ਪੂਰਾ ਕਰਨਾ ਪੈਣਾ, ਜੋ ਜੋ ਆਗਿਆਵਾਂ ਤੁਹਾਨੂੰ ਮਿਲਦੀਆਂ ਪਈਆਂ, ਜੋ ਜੋ ਸੁਣਨ ਦੇ ਵਿੱਚ ਆਉਂਦੀਆਂ ਪਈਆਂ, ਜੋ ਜੋ ਤੁਸੀਂ ਬਾਈਬਲ ਦੇ ਵਿੱਚ ਪੜ੍ਹ ਰਹੇ ਤੁਹਾਨੂੰ ਪੂਰਾ ਕਰਨਾ ਪਏਗਾ, ਫਿਰ ਤੁਸੀਂ ਪੂਰੇ ਹੋ ਕੇ ਸਵਰਗ ਦੇ ਵਿੱਚ ਜਾਓਗੇ। ਅਧੂਰੇ ਹੋ ਕੇ ਨਹੀਂ, ਬੋਲੋ ਹਾਲੇਲੂਯਾ ਹਾਲੇਲੂਯਾ। ਅਧੂਰਾ ਬੰਦਾ ਜਾ ਵੀ ਨਹੀਂ ਸਕਦਾ, ਅਧੂਰਾ ਬੰਦਾ ਆਪਣੇ ਦੁੱਖਾਂ ਦੇ ਵਿੱਚ ਹੀ ਫਸਿਆ ਰਹਿੰਦਾ ਆ, ਅਣ ਆਗਿਆਕਾਰੀ ਦੇ ਵਿੱਚ ਹੀ ਫਸਿਆ ਰਹਿੰਦਾ ਆ, ਪਾਪ ਦੇ ਵਿੱਚ ਆਪਣੀ ਬਿਮਾਰੀ ਨਾਲ ਹੀ ਲੜਦਾ ਲੜਦਾ ਨਰਕ ਦੇ ਵਿੱਚ ਚਲ ਜਾਂਦਾ ਆ, ਆਪਣੇ ਪਾਪਾਂ ਦੇ ਨਾਲ ਲੜਦਾ ਲੜਦਾ ਨਰਕ ਦੇ ਵਿੱਚ ਚਲ ਜਾਂਦਾ, ਉਹਨਾਂ ਤੋਂ ਛੁਟਕਾਰਾ ਵੀ ਨਹੀਂ ਲੈ ਪਾਉਂਦਾ। ਕਿਉਂ? ਕਿਉਂਕਿ ਉਹ ਅਣ ਆਗਿਆਕਾਰੀ ਤੋਂ ਆਗਿਆਕਾਰੀ ਦੇ ਵਿੱਚ ਨਹੀਂ ਆਇਆ, ਤੇ ਪਰਮੇਸ਼ਵਰ ਕਿੱਦਾਂ ਵਫਾਦਾਰੀ ਦੇ ਵਿੱਚ ਆ ਜਾਵੇ। ਹਾਲੇਲੂਯਾ ਹਾਲੇਲੂਯਾ। ਕਿੰਨੇ ਜਣਾਂ ਨੂੰ ਸਮਝ ਲੱਗ ਰਹੀ ਆ? ਹਾਂਜੀ, ਅੱਗੇ ਕੰਟੀਨਿਊ ਕਰੀਏ। ਅਤੀ ਮੈਂ ਆਪਣਾ ਡੇਰਾ ਤੁਹਾਡੇ ਵਿੱਚ ਲਿਆਰਾਂ ਵਾ, ਮੈਂ ਆਪਣਾ ਡੇਰਾ ਤੁਹਾਡੇ ਵਿੱਚ ਲਿਆਰਾਂ। ਚ ਲਿਖਿਆ ਤੁਸੀਂ ਪਰਮੇਸ਼ਵਰ ਦਾ ਮੰਦਰ ਆ, ਲਿਖਿਆ ਮੈਂ ਤੁਹਾਡੇ ਅੰਦਰ ਆ ਕੇ ਵਾਸ ਕਰਨਾ। ਜਿੱਥੇ ਰੱਬ ਆ ਜਾਂਦਾ ਉੱਥੇ ਬਿਮਾਰੀ ਕਿੱਦਾਂ? ਜਿੱਥੇ ਰੱਬ ਆ ਗਿਆ ਉਹ ਚੰਗਾ ਆ, ਉਹਨੂੰ ਚੰਗਾ ਪਸੰਦ ਆ, ਤੇ ਗੰਦਗੀ ਵਾਲੀ ਜਗ੍ਹਾ ਤੇ ਉਹ ਆ ਨਹੀਂ ਸਕਦਾ। ਉਹ ਤੁਹਾਡੀ ਬਾਡੀ ਦੇ ਵਿੱਚ ਉਹਦਾ ਆਤਮਾ ਉਦੋਂ ਹੀ ਆਏਗਾ ਜਦੋਂ ਤੁਹਾਡੀ ਬਾਡੀ ਸਾਫ਼ ਸੁਥਰੀ ਹੋ ਜਾਏਗੀ, ਜਦੋਂ ਤੁਹਾਡਾ ਰੂਹ ਜਿਸ ਸੰਚਾਰ ਪਵਿੱਤਰ ਹੋ ਜਾਏਗਾ। ਔਰ ਜਿੱਥੇ ਪਰਮੇਸ਼ਵਰ ਦਾ ਆਤਮਾ ਆ ਜਾਂਦਾ, ਬਾਈਬਲ 'ਚ ਲਿਖਿਆ ਉੱਥੇ ਆਜ਼ਾਦੀ ਹੋ ਜਾਂਦੀ ਹੈ। ਬਾਈਬਲ 'ਚ ਲਿਖਿਆ ਆਜ਼ਾਦੀ ਲਈ ਪ੍ਰਭੂ ਨੇ ਸਾਨੂੰ ਆਜ਼ਾਦ ਕਰ ਦਿੱਤਾ ਆ, ਮੁੜ ਗੁਲਾਮੀ ਦੇ ਜੂਏ ਹੇਠ ਨਾ ਜਾਓ, ਮਤਲਬ ਦੁਬਾਰਾ ਪੁਰਾਣੀਆਂ ਆਦਤਾਂ ਦੇ ਵਿੱਚ ਨਾ ਜਾਓ, ਕਿਉਂਕਿ ਤੁਸੀਂ ਨਵੇਂ ਕਰ ਦਿੱਤੇ ਗਏ ਆ। ਬੋਲੋ ਹਾਲੇਲੂਯਾ 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 ਹਾਲੇਲੂਯਾ। ਕਿੰਨੇ ਜਣਿਆਂ ਨੂੰ ਸਮਝ ਨਾ ਕਰੀ ਆ? ਤੁਸੀਂ ਪਰਮੇਸ਼ਵਰ ਦਾ ਮੰਦਰ ਆ, ਉਹਨੇ ਤੁਹਾਡੇ ਵਿੱਚ ਆ ਕੇ ਵਾਸ ਕਰਨਾ, ਉਹਨੂੰ ਆਉਣ ਦਿਓ, ਫਿਰ ਬਿਮਾਰੀ ਜਾਏਗੀ, ਫਿਰ ਭੈੜੀਆਂ ਆਦਤਾਂ ਜਾਣਗੀਆਂ। ਕਦੋਂ? ਜਦੋਂ ਖੁਦਾ ਦਾ ਰੂਹ ਤੁਹਾਡੇ ਅੰਦਰ ਆਏਗਾ, ਤੁਹਾਡੇ ਉੱਪਰ ਆਏਗਾ, ਫਿਰ ਤੁਸੀਂ ਫਤਿਹ ਪਾ ਸਕਦੇ ਹੋ ਬਿਮਾਰੀਆਂ ਤੋਂ, ਫਿਰ ਤੁਸੀਂ ਫਤਿਹ ਪਾ ਸਕਦੇ ਸ਼ੈਤਾਨ ਦੀਆਂ ਚਾਲਾਂ ਤੋਂ। ਅੱਜ ਛੋਟੇ ਛੋਟੇ ਆਦਤ ਸ਼ੈਤਾਨ ਨੇ ਫਿੱਟ ਕੀਤੇ ਪਏ ਆ, ਝੂਠ ਬੋਲਣ ਵਾਲਾ, ਈਰਖਾ ਕਰਨ ਵਾਲਾ, ਲੜਾਈ ਕਰਨ ਵਾਲਾ, ਝਗੜੇ ਪੈਦਾ ਕਰਨ ਵਾਲਾ, ਇਹ ਛੋਟੇ ਛੋਟੇ ਅੰਗ ਜਿਹੜੇ ਆ ਸ਼ੈਤਾਨ ਦੇ ਆ, ਇਹ ਤੁਹਾਡੇ ਤੋਂ ਅਣ ਆਗਿਆਕਾਰੀ ਕਰਵਾਉਂਦੇ ਆ। ਇਸੇ ਕਰਕੇ ਬਰਕਤ ਤੁਹਾਨੂੰ ਮਿਲਦੀ ਨਹੀਂ ਹੈ,
ਇਸੇ ਕਰਕੇ ਚੰਗਿਆਈ ਤੁਹਾਡੇ ਜੀਵਨ ਦੇ ਵਿੱਚ ਨਹੀਂ ਆਉਂਦੀ ਕਿਉਂਕਿ ਅਸੀਂ ਅਣਆਗਿਆਕਾਰੀ ਕਰਦੇ ਹਾਂ। ਬਾਈਬਲ ਚ ਲਿਖਿਆ ਪਰਮੇਸ਼ਵਰ ਨੇ ਕਿਹਾ ਮੈਂ ਤੁਹਾਡੇ ਵਿੱਚ ਡੇਰਾ ਕਰਾਂਗਾ, ਹਾਂਜੀ, ਅਤੇ ਮੇਰਾ ਜੀ ਤੁਹਾਨੂੰ ਮਾੜਾ ਨਾ ਸਮਝੇਗਾ। ਹਾਲੇਲੂਯਾ ਹਾਲੇਲੂਯਾ। ਕਹਿੰਦੇ ਮੇਰਾ ਦਿਲ ਤੁਹਾਨੂੰ ਮਾੜਾ ਨਹੀਂ ਸਮਝੇਗਾ। ਕਦੋਂ? ਜਦੋਂ ਤੁਸੀਂ ਉਹਨੂੰ ਆਪਣੇ ਅੰਦਰ ਆਣ ਦਿੱਤਾ। ਅੰਦਰ ਕਦੋਂ ਆਏਗਾ ਪਰਮੇਸ਼ਵਰ? ਜਦੋਂ ਤੁਸੀਂ ਆਪਣੇ ਦਿਲ ਨੂੰ ਪਾਕ ਸਾਫ਼ ਕਰ ਲਓਗੇ, ਜਦੋਂ ਤੁਸੀਂ ਆਪਣੀਆਂ ਸੋਚਾਂ ਨੂੰ ਪਾਕ ਸਾਫ਼ ਕਰ ਲਓਗੇ। ਜਿਹੜੇ ਕੰਮ ਪ੍ਰਭੂ ਨਹੀਂ ਚਾਹੁੰਦੇ ਤੁਸੀਂ ਕਰੋ, ਉਹ ਤੁਸੀਂ ਜਦੋਂ ਨਹੀਂ ਕਰੋਗੇ ਫਿਰ ਪ੍ਰਭੂ ਤੁਹਾਡੇ ਅੰਦਰ ਆਣ ਕੇ ਬੋਲੋ ਹਾਲੇਲੂਯਾ 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 ਹਾਲੇਲੂਯਾ। ਕਿੰਨੇ ਜਣਿਆਂ ਨੂੰ ਸਮਝ ਲੱਗ ਰਹੀ ਆ? ਹਾਂਜੀ ਅੱਗੇ ਕੰਟੀਨਿਊ ਕਰੀਏ। ਦੁਨਿਆਵੀ ਮਾਲਕ ਦੇ ਅੱਗੇ ਝੁਕਦਾ ਰਹੇ ਕਿ ਹਾਂ ਉਹ ਮੈਨੂੰ ਸੰਡੇ ਛੁੱਟੀ ਨਹੀਂ ਦੇ ਰਿਹਾ ਤੇ ਮੈਂ ਚਰਚ ਨਹੀਂ ਆ ਸਕਦਾ, ਜਾਂ ਮੈਂ ਚਰਚ ਨਹੀਂ ਆ ਸਕਦੀ। ਇਹ ਵੀ ਇੱਕ ਤਰ੍ਹਾਂ ਝੁਕਣਾ ਹੀ ਸ਼ੈਤਾਨ ਦੇ ਅੱਗੇ, ਕਿਉਂਕਿ ਉਹਨੇ ਤੁਹਾਡੇ ਕੋਲ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਾਉਣੀ ਆ, ਅਣਆਗਿਆਕਾਰੀ ਕਰਾਉਣੀ ਆ। ਬਾਈਬਲ 'ਚ ਖੁਦਾ ਨੇ ਸਾਨੂੰ ਆਗਿਆ ਦਿੱਤੀ ਹੈ 6 ਦਿਨ ਤੁਹਾਨੂੰ ਦਿੱਤੇ ਆ ਕੰਮ ਕਰਨ ਨੂੰ, ਦਿਨ ਰਾਤ ਰੱਜ ਕੇ ਕੰਮ ਕਰੋ, ਲੇਕਿਨ ਹਫ਼ਤੇ ਦੇ ਪਹਿਲੇ ਦਿਨ ਮੇਰੇ ਕਦਮਾਂ ਦੇ ਵਿੱਚ ਆਓ ਔਰ ਮੇਰੀ ਮਹਿਮਾ ਕਰੋ। ਪੂਰਾ ਦਿਨ ਵੀ ਤੁਹਾਨੂੰ ਕਿਹਾ ਨਹੀਂ ਆ ਪ੍ਰਭੂ ਨੇ ਕਿ ਪੂਰਾ ਦਿਨ ਮੇਰੇ ਕਦਮਾਂ 'ਚ ਰਹੋ। ਆਪਾਂ ਕਿੰਨਾ ਪ੍ਰਭੂ ਦੀ ਆਰਾਧਨਾ ਕਰਦੇ, ਕਿੰਨਾ ਟਾਈਮ ਕਰਦੇ, 4 ਘੰਟੇ 5 ਘੰਟੇ ਕਰਦੇ ਹਾਂ, ਉਸ ਤੋਂ ਬਾਅਦ ਤੁਸੀਂ ਫ੍ਰੀ ਆ, ਜੋ ਮਰਜ਼ੀ ਕਰ ਸਕਦੇ ਆ ਪਾਪ ਨੂੰ ਛੱਡ ਕੇ। ਹਾਲੇਲੂਯਾ ਹਾਲੇਲੂਯਾ। ਕਿੰਨੇ ਜਣਿਆਂ ਨੂੰ ਸਮਝ ਲੱਗ ਰਹੀ ਹੈ? ਕੰਮ ਨਹੀਂ ਛੱਡਣਾ, ਹਾਂ, ਖੁਦਾ ਤੇ ਭਰੋਸਾ ਨਹੀਂ ਹੈਗਾ ਕਿ ਉਹ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ। ਅਸੀਂ ਉਸੀ ਗੱਲ ਉੱਤੇ ਅੜੇ ਰਹਿਣਾ ਆ। ਖੁਦਾ ਦੇ ਕਲਾਮ ਨੂੰ ਸੁਣੋ, ਸਮਝੋ ਖੁਦਾ ਦਾ ਕਲਾਮ ਤੁਹਾਨੂੰ ਤੇ ਮੈਨੂੰ ਕੀ ਆਖਦਾ ਆ। ਉਹ ਕਹਿੰਦਾ ਮੈਂ ਤੁਹਾਡੇ ਵਿੱਚ ਡੇਰਾ ਕਰਾਂਗਾ, ਤੁਹਾਡੇ ਨਾਲ ਤੁਰਾਂਗਾ, ਤੁਹਾਡੇ ਨਾਲ ਚੱਲਣਾ ਫਿਰਾਂਗਾ। ਫਿਰ ਸ਼ੈਤਾਨ ਤੁਹਾਨੂੰ ਛੂ ਨਹੀਂ ਪਾਏਗਾ, ਫਿਰ ਸ਼ੈਤਾਨ ਤੁਹਾਡੇ ਨਜ਼ਦੀਕ ਨਹੀਂ ਆ ਪਾਏਗਾ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਕਿੰਨੇ ਜਣਿਆਂ ਨੂੰ ਸਮਝ ਲੱਗ ਰਹੀ ਆ? ਕੰਟੀਨਿਊ ਕਰੀਏ ਕਿ ਬਾਈਬਲ ਸਾਨੂੰ ਕੀ ਆਖਦਾ ਹੈ। ਅਸੀਂ ਮੈਂ ਤੁਹਾਡੇ ਨਾਲ ਹੀ ਜੁੜਾਂਗਾ, ਅਸੀਂ ਤੁਹਾਡਾ ਪਰਮੇਸ਼ਰ ਬਣਾਂਗਾ, ਹਾਂਜੀ, ਅਸੀਂ ਤੁਸੀਂ ਮੇਰੇ ਲੋਕ ਬਣੋਗੇ, ਤੁਸੀਂ ਮੇਰੇ ਲੋਕ ਬਣੋਗੇ ਜਦੋਂ ਮੇਰੇ ਅੱਗੇ ਸਜਦਾ ਕਰੋਗੇ। ਦੁਨਿਆਵੀ ਮਾਲਕ ਦੇ ਅੱਗੇ ਨਹੀਂ, ਪੈਸੇ ਦੇ ਅੱਗੇ ਨਹੀਂ, ਕਿਸੇ ਹੋਰ ਦੇ ਅੱਗੇ ਨਹੀਂ ਝੁਕੋਗੇ, ਕਿਸੇ ਕੰਮ ਦੇ ਲਈ ਨਹੀਂ ਝੁਕੋਗੇ, ਤੁਸੀਂ ਸਿਰਫ ਔਰ ਸਿਰਫ ਹਰ ਇੱਕ ਕੰਮ ਦੇ ਲਈ ਮੇਰੇ ਅੱਗੇ ਝੁਕੋਗੇ ਤੇ ਮੈਂ ਤੁਹਾਡਾ ਪਰਮੇਸ਼ਰ ਹੋਵਾਂਗਾ, ਮੈਂ ਤੁਹਾਡੀ ਜ਼ਰੂਰਤ ਨੂੰ ਪੂਰਾ ਕਰਾਂਗਾ। ਉਹ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਕਿੱਦਾਂ ਪੂਰੀ ਕਰਾਂਗਾ। ਬੋਲੋ ਹਾਲੇਲੂਯਾ 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 ਹਾਲੇਲੂਯਾ। ਤੁਸੀਂ ਆਪਣਾ ਜ਼ੋਰ ਲਗਾਉਂਦੇ ਰਹਿੰਦੇ ਆਪਣੀ ਜ਼ਰੂਰਤ ਪੂਰੀ ਕਰਨ ਨੂੰ, ਫਿਰ ਵੀ ਥੋੜ੍ਹ ਹੁੰਦੀ ਆ। ਖੁਦਾ ਨੂੰ ਉਹ ਆਪਣੀ ਜ਼ਰੂਰਤ ਪੂਰੀ ਕਰਨ ਦੇਵੇ। ਪ੍ਰਭੂ ਮੈਂ ਆਗਿਆ ਕਰੀ ਦੇ ਵਿੱਚ ਆ ਗਿਆ, ਹੁਣ ਤੂੰ ਮੇਰੀ ਜ਼ਰੂਰਤ ਪੂਰੀ ਕਰ। ਉਹ ਫਿਰ ਜਿਹੜੀ ਜ਼ਰੂਰਤ ਪ੍ਰਭੂ ਪੂਰੀ ਕਰੇਗਾ ਉਹ ਕਦੀ ਥੁੜੇਗੀ ਨਹੀਂ। ਬੋਲੋ ਹਾਲੇਲੂਯਾ 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 ਹਾਲੇਲੂਯਾ। ਐਤਵਾਰ ਨੂੰ ਕਿੰਨੀ ਕੁ ਦਿਹਾੜੀ ਮਿਲ ਜਾਂਦੀ ਆ? ਕਿਤੇ ਕਿੰਨੀ ਆ? 20-25 ਹਜ਼ਾਰ ਦਿਹਾੜੀ ਮਿਲ ਜਾਂਦੀ ਆ, ਜਿਹਦੇ ਨਾਲ ਤੁਸੀਂ ਸਾਰੀ ਜ਼ਿੰਦਗੀ ਕੱਢ ਸਕਦੇ ਆ, ਸਵਰਗ ਜਾ ਸਕਦੇ ਆ। ਤੁਸੀਂ ਆਪਣੇ ਦੁਨਿਆਵੀ ਮਾਲਕ ਨੂੰ ਖੁਸ਼ ਕਰ ਰਹੇ ਆ, ਲੇਕਿਨ ਜਿਹੜਾ ਆਤਮਾ ਦਾ ਮਾਲਕ ਆ ਉਹ ਤੁਹਾਡੇ ਤੋਂ ਨਾਰਾਜ਼ ਆ। ਤੁਸੀਂ ਗੁਲਾਮ ਆ ਹੱਲੇ ਵੀ, ਜਿਹੜੇ ਇਤਵਾਰ ਨੂੰ ਪ੍ਰਭੂ ਦੀ ਮਹਿਮਾ ਕਰਨ ਦੀ ਬਜਾਏ ਦੁਨਿਆਵੀ ਮਾਲਕ ਦੇ ਅੱਗੇ ਸਿਰ ਝੁਕਾਉਂਦੇ ਆ, ਪੈਸੇ ਦੇ ਅੱਗੇ ਸਿਰ ਝੁਕਾਉਂਦੇ ਆ। ਹਾਲੇਲੂਯਾ ਹਾਲੇਲੂਯਾ। ਹੌਲੀ ਤਰ੍ਹਾਂ ਬੋਲੀਏ ਹਾਲੇਲੂਯਾ ਹਾਲੇਲੂਯਾ। ਕਿਹਦੇ ਜਣਿਆਂ ਨੂੰ ਸਮਝ ਸਕਦੇ? ਸੁਣਦੇ ਸਾਰੇ ਹੀ ਆ, ਮੰਨਦਾ ਕੋਈ ਕੋਈ, ਔਰ ਜਿਹੜਾ ਮੰਨਦਾ ਆ ਫਿਰ ਉਹਦੇ ਜੀਵਨ ਤੋਂ ਪਤਾ ਲੱਗ ਜਾਂਦਾ ਕਿ ਉਹਨੇ ਮੰਨਿਆ ਆ। ਉਹਦੇ ਘਰ ਚੋਂ ਫਿਰ ਕਲੇਸ਼ ਖਤਮ ਹੋ ਜਾਂਦਾ, ਉਹਦੇ ਘਰ ਚ ਬਿਮਾਰੀ ਖਤਮ ਹੋ ਜਾਂਦੀ, ਉਹਦੇ ਘਰ ਚ ਲੜਾਈ ਝਗੜੇ ਖਤਮ ਹੋ ਜਾਂਦੇ, ਖੁਦਾ ਦੀ ਹਜ਼ੂਰੀ ਉਸ ਘਰ ਦੇ ਵਿੱਚ ਆ ਜਾਂਦੀ ਆ। ਉੱਥੇ ਸਾਨੂੰ ਜਾ ਕੇ ਪਤਾ ਲੱਗ ਜਾਂਦਾ ਹੈ, ਉਹਦੇ ਉਹਦੀ 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 ਸ਼ਕਲ ਸੂਰਤ ਤੋਂ ਪਤਾ ਲੱਗ ਜਾਂਦਾ ਕਿ ਇਸ ਘਰ ਦੇ ਵਿੱਚ ਖੁਦਾਵੰਦ ਖੁਦਾ ਰਹਿੰਦੇ ਆ। ਬੋਲੋ ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਔਰ ਜਿਸ ਘਰ ਚ ਖੁਦਾ ਨਹੀਂ ਰਹਿੰਦੇ ਉਹਦਾ ਵੀ ਪਤਾ ਲੱਗ ਜਾਂਦਾ ਉਹਦੇ ਚਿਹਰੇ ਤੋਂ, ਕਦੀ ਕਿੱਥੇ ਦਰਦ ਤੇ ਕਦੀ ਕਿਤੇ ਬਿਮਾਰੀ ਕਦੀ ਕਿਤੇ ਵਿਚਾਰੀ। ਹਾਂ, ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ? ਜਲਦੀ ਸਮਝ ਆਓ
बच जाओगे, बुद्धि भी करोगे और फल भी खाओगे। दुनिया के उत्ते तुसी पैसे दे नाल जी सकते हैं, लेकिन वो पैसा स्वर्ग च कम नहीं। स्वर्ग दे विच कोई टिकट नहीं लगती, कोई पैसा नहीं लगता उत्ते, उत्ते फ्री ऑफ कॉस्ट है। बस सिर्फ अपने आत्मा नूं तैयार करना पैंदा है, उहदी आज्ञाकारी दे विच आउणा पैंदा है। जिहड़े सुन के अण सुनिया करदे हैं ना, वो दंड तो बिना नहीं छुटणगे। मैनूं सुन लो, याद रख लो मेरी गल। अज अगर तुम्हें पता लगता है कि झूठ बोलना गुनाह है और तुसी फिर भी झूठ बोलते हैं, दंड तो बिना नहीं छुटोगे, सजा मिलेगी। मैं तुम्हें आशीष का कलाम नहीं दे रहा, मैं तुम्हें शराब भी दसदा कि शराब आखिया। अज सू पता है कि 6 दिन काम करने दिते हैं, 7वां दिन प्रभु ने मैंने कहा है मेरे घर आके मेरी महिमा आराधना कर, लेकिन आप फिर भी नहीं आ रहे, दंड तो बिना नहीं छुटोगे। जां तां बच्चियां वालों परेशान होंगे, जां रिश्तेदार वालों, जां अपनी बॉडी वालों, जां बीमारी दे उपरों, किसे रीति दे नाल भी तुसी दंड दे हेठ आओगे, सजा दे हेठ आओगे। मेरी गल याद रखना। फिर तुसी प्रार्थना कराउण भी आओगे ना, असर नहीं होएगा उहदा। खुद भी प्रार्थना करूंगा तां जल्दी असर नहीं होएगा। क्यों? क्योंकि तुसी सजा दे हेठ आ। उह सजा तुहानूं मिलदी, भुगतने पैणी है तुहानूं, क्योंकि तुसी जानण तों बाद भी गुनाह कीता है। अनजान बोले दे विच कीते पाप दी माफी हैगी है, जान बोझ के जिहड़ा बंदा पाप करदा उहदे निमित माफी नहीं, उहदे निमित सजा है। किन्ने जिहड़े मेरी गल नूं समझ रहे हैं, बोलो हालेलुया 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 हालेलुया। ओके, कंटिन्यू करिए। मैं ओ यहोवा तुहाडा परमेश्वर हां, मैं ओ यहोवा तुहाडा परमेश्वर हां, जो तुहानूं मिस्र दे देशों कढ लिया आ, जो तुहानूं मिस्र दे देशों कढ लिया आ, जो तुसी उना दे दास ना रहो। सुन लो, तुसी दुनियावी मालक दे दास ना रहो, पैसे दे दास ना रहो। मैं तुहाडा यहोवा परमेश्वर तुहानूं कढ ले आया हां, मेरे उत्ते भरोसा करो। तुहाडे ड्रम कदी खाली नहीं होणगे, तुहाडे रसोई घर दे विच रसोई घरां दीआं वस्तुआं कदी घाटा नहीं पैगा उहनां दे विच। अगर तुसी सिर्फ और सिर्फ तुहाडा सिर जिहड़ा आ परमेश्वर दे अगे झुकदा है, दुनिया दी मालक दे अगे नहीं, पैसे दे अगे नहीं, जदों तुसी खड़ जांदे आ कि हाँ मैं प्रभु दे वचन नूं पूरा करना है, मैं नहीं जाणा कम, कोई नहीं कम छुटदा छुट जावे, मेरा परमेश्वर मेरे लिए होर इंतजाम करेगा। अगर वह मुर्दियां नूं जिंदा कर सकता ते कम दा इंतजाम नहीं कर सकता। हालेलुया हालेलुया। पर ये वचन याद कौन करावे, बाइबल पढ़ने ही नहीं आपा। लेकिन मैं यहोवा तुहाडा परमेश्वर जिहड़ा गुलामी तों तुहानूं आजादी दे विच लैके आया, फिर गुलामी दे विच ना जाओ। असीं फिर गुलामी दे विच जाण दी कोशिश करदे हां। लेकिन तुसी उन्हां दे दास ना रहो, और मैं तुहाडे धोण दे झूले नूं भन के तुहानूं सिद्धे करके धोया। बोलो हालेलुया 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 हालेलुया। अन्नियां वांगू तुरे फिरदे सी, ठोकरा खांदे फिरदे सीगे, उहनां नूं सजाखा कर दित्ता है। अज भी अन्ने हो के ना तुरो, फिर अन्ने हो के ना तुरो, क्योंकि उहने तुहानूं सजाखा कर दित्ता है। उहने आख दित्ता है कि मेरे तों इलावा तुहाडा सिर किसे होर दे अगे ना झुके। अपने लिए मूर्तियां ना बनाओ, उन्हां नूं देवते ना आखो, उन्हां नूं अपना रब ना आखो। मैं तुहाडा यहोवा परमेश्वर आ, किदां तुहानूं गुलामी तों कढ के लियाया, अज सानूं सारिआं नूं किदां प्रभु ने आजाद कीता है, असीं किदां गुलाम सीगे दुनियावी मालकां दे, पैसे दे, कुड़ियां दे, मुंडिआं दे, रिश्तेदारां दे, पाप दे, नशे दे, किदां गुलाम सीगे। अज साडा परमेश्वर सानूं गुलामी दे जूए भन के उहने सानूं अज आजादी दे विच खड़े रख्या है। ਅਸੀਂ ਫਿਰ ਗੁਲਾਮੀ ਦੇ ਜੂਏ ਚ ਕਿਉਂ ਜਾਈਏ? ਬਾਈਬਲ ਚ ਲਿਖਿਆ ਆਜ਼ਾਦੀ ਲਈ ਮਸੀਹ ਨੇ ਸਾਨੂੰ ਆਜ਼ਾਦ ਕੀਤਾ, ਮੁੜ ਗੁਲਾਮੀ ਦੇ ਜੂਏ ਹੇਠ ਨਾ ਜਾਈਏ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਇਹ ਹੱਲੇ ਆਪਾਂ ਆਸ਼ੀਸ਼ਾਂ ਹੀ ਪੜ੍ਹ ਕੇ ਹਟੇ ਹਾਂ, ਆਗਿਆਕਾਰੀ, ਹੁਣ ਆਪਾਂ ਅਣ ਆਗਿਆਕਾਰੀ ਪੜ੍ਹਨੀ ਹੈ। ਹੈਗੀ ਕਪੈਸਿਟੀ? ਹਾਂ, ਸੁਣਨ ਦੀ ਕਪੈਸਿਟੀ ਹੈ, ਕਰੀਏ ਕੰਟੀਨਿਊ।
ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਆਪਾਂ ਪਹਿਲਾਂ ਜੋ ਪੜ੍ਹ ਕੇ ਹਟੇ ਹੋ ਆਗਿਆਕਾਰੀ ਦਾ ਰਿਜ਼ਲਟ ਸਿਰਾ ਕਿ ਤੁਸੀਂ ਪੁਰਾਣੇ ਪਦਾਰਥਾਂ ਨੂੰ ਖਾਓਗੇ ਨਵਾਂ ਹੋਰ ਆ ਜਾਊਗਾ ਫਿਰ ਪੁਰਾਣਿਆਂ ਨੂੰ ਤੁਸੀਂ ਕੱਢੋਗੇ ਦਾਨ ਕਰੋਗੇ ਲੋਕਾਂ ਦੀ ਹੈਲਪ ਕਰੋਗੇ ਆਗਿਆਕਾਰੀ ਦਾ ਰਿਜ਼ਲਟ ਪਰਮੇਸ਼ਵਰ ਤੁਹਾਡੇ ਵਿੱਚ ਰਹੇਗਾ ਤੁਹਾਡੇ ਨਾਲ ਜੁੜੇਗਾ ਤੁਹਾਡੀ ਸਹਾਇਤਾ ਕਰੇਗਾ ਤੁਸੀਂ ਗੋਡੀ ਵੀ ਕਰੋਗੇ ਔਰ ਫਲ ਵੀ ਖਾਓਗੇ ਇਹ ਆਗਿਆਕਾਰੀ ਦੇ ਨਾਲ ਆ ਇਹ ਜੋ ਆਪਾਂ ਪੜ੍ਹ ਚੁੱਕੇ ਹਾਂ ਕਿਸੇ ਗੱਲ ਦਾ ਘਾਟਾ ਨਹੀਂ ਹੋਏਗਾ ਵਰਤਨ ਹਮੇਸ਼ਾ ਭਰੇ ਰਹਿਣਗੇ ਚਾਹੇ ਉਹ ਆਤਮਕ ਆ ਚਾਹੇ ਉਹ ਸਰੀਰਕ ਆ ਆਤਮਾ ਦੀ ਭਰਪੂਰੀ ਦੇ ਵਿੱਚ ਰਹੋਗੇ ਸ਼ੈਤਾਨ ਕਦੀ ਵੀ ਤੁਹਾਨੂੰ ਤੰਗ ਨਹੀਂ ਕਰੇਗਾ ਕਦੀ ਬਿਮਾਰੀ ਦੇ ਗੁਲਾਮ ਨਹੀਂ ਹੋਵੋਗੇ ਕਦੀ ਸ਼ੈਤਾਨ ਦੇ ਕਿਸੇ ਅੰਗ ਦੇ ਗੁਲਾਮ ਨਹੀਂ ਹੋਵੋਗੇ ਅਗਰ ਤੁਸੀਂ ਪਰਮੇਸ਼ਵਰ ਦੀ ਆਗਿਆ ਕਰੀ ਦੇ ਵਿੱਚ ਰਹੋਗੇ ਤਾਂ ਬੋਲੋ ਹਾਲੇਲੂਇਆ ਹਾਲੇਲੂਇਆ ਹੁਣ ਅਸੀਂ ਪੜਨ ਜਾ ਰਹੇ ਆ ਅਣ ਆਗਿਆ ਕਰੀ ਦੇ ਰਿਜ਼ਲਟ ਦੇਖਣਾ ਕਿਤੇ ਤੁਸੀਂ ਅਣ ਆਗਿਆ ਕਰੀ ਦੇ ਵਿੱਚ ਤਾਂ ਨਹੀਂ ਹੈਗੇ ਹਾਂਜੀ ਪੜ੍ਹੀਏ ਕੰਟੀਨਿਊ ਕਰੀਏ ਔਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਹਨਾਂ ਸਭਨਾ ਆਗਿਆ ਨੂੰ ਨਾ ਮੰਨੋਗੇ ਹਾਂਜੀ ਅਤੇ ਜੇ ਤੁਸੀਂ ਮੇਰੀ ਵਿਧਾ ਨੂੰ ਤਿਆਗ ਦਿਓਗੇ ਹਾਂਜੀ ਜਾਂ ਜੇ ਤੁਹਾਡੀ ਨੀਂਦ ਨੂੰ ਮੇਰੇ ਵਿਆਹ ਵਾਲੇ ਲੱਗਣ ਜੇ ਤੁਸੀਂ ਮੇਰੇ ਹੁਕਮਾਂ ਨੂੰ ਤਿਆਗ ਦੋਗੇ ਜਾਂ ਜੇ ਤੁਹਾਡੇ ਜੀ ਨੂੰ ਮੇਰੇ ਨਿਆਂ ਮਾੜੇ ਲੱਗਣ ਕਿੱਦਾਂ ਨਿਆਂ ਮਾੜੇ ਲੱਗਣ ਜਦੋਂ ਤੁਸੀਂ ਆਪਣੀ ਜ਼ੁਬਾਨ ਤੋਂ ਬੋਲਦੇ ਆ ਪਾਸਟਰ ਨੂੰ ਕੀ ਪਤਾ ਇਹ ਤਾਂ ਕਹਿੰਦਾ ਰਹਿੰਦਾ ਐਤਵਾਰ ਨੂੰ ਆਉਣ ਨੂੰ ਐਤਵਾਰ ਹੋਣ ਸਾਡੇ ਘਰ ਦੇ ਖਰਚੇ ਕਿੰਨਾ ਪੂਰੇ ਹੋਣਗੇ ਇਹ ਜਿਹੜੀ ਤੁਹਾਡੀ ਜ਼ੁਬਾਨ ਆ ਇਹ ਤੁਹਾਨੂੰ ਸ਼ਰਾਪਿਤ ਕਰਦੀ ਆ ਬਾਈਬਲ ਚ ਲਿਖਿਆ ਆਪਾਂ ਪੜ੍ਹਿਆ ਸੀ ਕਲਾਮ ਦੇ ਵਿੱਚੋਂ ਬਾਈਬਲ ਚ ਲਿਖਿਆ ਪਰਮੇਸ਼ਵਰ ਨੇ ਕਿਹਾ ਮੈਂ ਤੈਨੂੰ ਤੇਰੇ ਮੂੰਹ ਹੀ ਦੋਸ਼ੀ ਠਹਿਰਾਉਣਾ ਹੈ ਜਦੋਂ ਆਪਾਂ ਤੋੜਿਆਂ ਦੇ ਕਲਾਮ ਨੂੰ ਪੜ੍ਹਦੇ ਸੀ ਕਹਿੰਦੇ ਹੇ ਦੁਸ਼ਟ ਨੌਕਰ ਮੈਂ ਤੈਨੂੰ ਤੇਰੇ ਮੂੰਹ ਤੋਂ ਤੈਨੂੰ ਦੋਸ਼ੀ ਠਹਿਰਾਉਣਾ ਹੈ ਜਦੋਂ ਅਸੀਂ ਬੋਲਦੇ ਹਾਂ ਪਾਸਟਰ ਨੂੰ ਕੀ ਪਤਾ ਮੇਰਾ ਕੋਈ ਫਾਇਦਾ ਨਹੀਂ ਹੁੰਦਾ ਤੁਹਾਡੇ ਐਤਵਾਰ ਆਉਣ ਦੇ ਨਾਲ ਹਾਲੇਲੂਇਆ ਮੈਂ ਤੁਹਾਡਾ ਫਾਇਦਾ ਚਾਹੁੰਦਾ ਆ ਮੈਨੂੰ ਜੋ ਕੰਮ ਮਿਲਿਆ ਉਹ ਮੈਂ ਤੁਹਾਨੂੰ ਦੱਸਦਾ ਆ ਕਿ ਰੱਬ ਤੁਹਾਡੇ ਜੀਵਨ ਤੋਂ ਕੀ ਚਾਹੁੰਦਾ ਆ ਐਤਵਾਰ ਨੂੰ ਆਓ ਚਾਹੇ ਨਾ ਆਓ ਮੈਨੂੰ ਕੋਈ ਫਰਕ ਨਹੀਂ ਪੈਂਦਾ ਆ ਮੈਂ ਤਾਂ ਇਕੱਲਿਆਂ ਵੀ ਬੈਠ ਕੇ ਦੁਆ ਕਰ ਲੈਣੀ ਕਿੰਨੇ ਜਾਣੇ ਮੇਰੀ ਗੱਲ ਨੂੰ ਸਮਝ ਰਹੇ ਲਿਖਿਆ ਜੇ ਤੁਹਾਡੇ ਦਿਲ ਨੂੰ ਮੇਰੇ ਨਿਆਮ ਮਾੜੇ ਲੱਗਣ ਕਦੋਂ ਮਾੜੇ ਲੱਗਦੇ ਜਦੋਂ ਅਸੀਂ ਮੂੰਹ ਤੋਂ ਬੋਲਦੇ ਕਿ ਐਤਵਾਰ ਨੂੰ ਮੇਰੀ ਦਿਹਾੜੀ ਘੱਟ ਹੋ ਜਾਣੀ ਮੇਰੇ ਪੈਸੇ ਘੱਟ ਹੋ ਜਾਣੇ ਆ ਜ਼ਿਆਦਾ ਪੈਸੇ ਘੱਟ ਹੋਣੇ ਜੇ ਜਾਈਏ ਤਾਂ ਡਬਲ ਦਿਹਾੜੀ ਮਿਲਣੀ ਮੈਂ ਪਹਿਲਾਂ ਵੀ ਦੱਸ ਚੁੱਕਾ ਮੈਂ ਤੁਹਾਨੂੰ ਹੁਣ ਵੀ ਦੱਸਦਾ ਆ ਇਹ ਸ਼ੈਤਾਨ ਦੀ ਬਹੁਤ ਮਿੱਠੀ ਗੋਲੀ ਆ ਬਹੁਤ ਲੋਕ ਜੂਸਦੇ ਰਹਿੰਦੇ ਆ ਔਰ ਜਿਹੜੇ ਚੂਸਦੇ ਆ ਉਹ ਨਦਾਨ ਆ ਹਾਲੇਲੂਇਆ ਹਾਂਜੀ ਅੱਗੇ ਕੰਟੀਨਿਊ ਕਰੀਏ ਇਹੋ ਜਿਹੇ ਜੋ ਤੁਸੀਂ ਮੇਰੇ ਸਭਨਾ ਆਗਿਆ ਨੂੰ ਨਾ ਮੰਨੋ ਜੇ ਕੀ ਲਿਖਿਆ ਇਹੋ ਜਿਹੇ ਜੋ ਤੁਸੀਂ ਮੇਰੇ ਸਭਨਾ ਆਗਿਆ ਨੂੰ ਨਾ ਮੰਨੋ ਜੇ ਤੁਸੀਂ ਮੇਰੀ ਆਗਿਆ ਨੂੰ ਨਾ ਮੰਨੋ ਔਰ ਮੇਰੇ ਜਿਹੜੇ ਨਿਆਂ ਆ ਤੁਹਾਡੇ ਦਿਲ ਨੂੰ ਮਾੜੇ ਲੱਗਣ ਹਾਂਜੀ ਸਗੋਂ ਮੇਰੇ ਨੇਮ ਨੂੰ ਭੰਨ ਸੁੱਟੋ ਮੇਰੇ ਨੇਮ ਨੂੰ ਭੰਨ ਸੁੱਟੋ ਕਦੋਂ ਤੁਸੀਂ ਭੰਨਦੇ ਆ ਖੁਦਾ ਦੇ ਹੁਕਮ ਨੂੰ ਜਦੋਂ ਜਾਣ ਕੇ ਵੀ ਉਹਨੂੰ ਪੂਰਾ ਨਹੀਂ ਕਰਦੇ ਲਿਖਿਆ ਝੂਠ ਬੋਲਣਾ ਪਾਪ ਆ ਫਿਰ ਵੀ ਝੂਠ ਬੋਲਦੇ ਆਪਣੇ ਫਾਇਦੇ ਦੇ ਲਈ ਛੇ ਦਿਨ ਕੰਮ ਕਰ ਔਰ ਬਾਅਦ ਵਿੱਚ ਸੱਤਵੇਂ ਦਿਨ ਜਾਂ ਹਫ਼ਤੇ ਦੇ ਪਹਿਲੇ ਦਿਨ ਮੇਰੇ ਕਦਮਾਂ ਦੇ ਵਿੱਚ ਆ ਫਿਰ ਵੀ ਨਹੀਂ ਆਉਂਦੇ ਤੁਸੀਂ ਭੰਨਦੇ ਆ ਉਹਦੇ ਹੁਕਮ ਤੋੜਦੇ ਆ ਉਹਦੇ ਹੁਕਮ ਫਿਰ ਤੁਸੀਂ ਅਣ ਆਗਿਆਕਾਰੀ ਦੇ ਵਿੱਚ ਆਉਂਦੇ ਆ ਜਿਹੜਾ ਬੰਦਾ ਅਣ ਆਗਿਆਕਾਰੀ ਦੇ ਵਿੱਚ ਆ ਜਾਂਦਾ ਉਹਦੇ ਉੱਪਰ ਫਿਰ ਕਿਰਪਾ ਵਾਲਾ ਹੱਥ ਨਹੀਂ ਰਹਿੰਦਾ ਉਹਦੇ ਉੱਪਰ ਫਿਰ ਹੈਵੀ ਹੱਥ ਆ ਜਾਂਦਾ ਕਿਹਦਾ ਹੱਥ ਆਉਂਦਾ ਆ ਫਿਰ ਤੁਸੀਂ ਸ਼ੈਤਾਨ ਦੇ ਗੁਲਾਮ ਬਣ ਜਾਂਦੇ ਆ ਫਿਰ ਉਹ ਨਚਾਉਂਦਾ ਹੈ ਤੁਹਾਨੂੰ ਬਿਮਾਰੀਆਂ ਦੇ ਚੱਲ ਭੱਜ ਵੀ ਉਹ ਬਾਬੇ ਕੋਲ ਚੱਲ ਭੱਜ ਉਹ ਬਾਬੇ ਕੋਲ ਉਹ ਤਾਂਤਰਿਕ ਦੇ ਕੋਲ ਫਿਰ ਉਹ ਦੌੜ ਲਗਾਉਂਦਾ ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਇਹ ਅਣ ਆਗਿਆਕਾਰੀ ਦੇ ਕਾਰਨ ਹੁੰਦਾ ਹੈ ਸੁਣੋ ਅੱਗੇ ਬਾਈਬਲ ਸਾਨੂੰ ਕੀ ਆਖਦਾ ਹੈ ਹਾਂਜੀ ਮੈਂ ਵੀ ਤੁਹਾਡੇ ਨਾਲ ਇਹ ਕਰਾਂਗਾ ਮੈਂ ਵੀ ਤੁਹਾਡੇ ਨਾਲ ਇਦਾਂ ਕਰਾਂਗਾ ਮੈਂ ਤੁਹਾਡੇ ਉੱਤੇ ਡਰ ਮੈਂ ਤੁਹਾਡੇ ਉੱਤੇ ਡਰ ਪਾਉਂਗਾ ਜਿਹੜੇ ਅਣ ਆਗਿਆਕਾਰੀ ਕਰਦੇ ਆ ਕਈ ਰੋਗ ਪਾਵਾਂਗਾ ਅਤੇ ਤਾਪ ਨੂੰ ਤੁਹਾਡੀਆਂ ਅੱਖਾਂ ਦਾ ਨਾਸ਼ ਕਰੇਗਾ ਤਾਪ ਤੁਹਾਡੀ ਅੱਖਾਂ ਦਾ ਨਾਸ਼ ਕਰੇਗਾ ਅਤੇ ਤੁਹਾਡੇ ਹਿਰਦਿਆਂ ਨੂੰ ਦੁੱਖ ਦੇਵੇ ਠਹਿਰਾਵਾਂਗਾ ਤੁਹਾਡੇ ਦਿਲਾਂ ਨੂੰ ਦੁੱਖ ਦੇਣ ਨੂੰ ਠਹਿਰਾਵਾਂਗਾ ਅਤੇ ਤੁਸੀਂ ਆਪਣੇ ਬੀਜ ਵਿਅਰਥ ਬੀਜੋਗੇ ਤੁਸੀਂ ਆਪਣੇ ਬੀਜ ਜਿਹੜੇ ਵਿਅਰਥ ਬੀਜੋਗੇ ਕਿਉਂ ਜੋ ਤੁਹਾਡੇ ਵੈਰੀ ਉਸ ਨੂੰ ਖਾਣਗੇ ਤੁਹਾਡੇ ਵੈਰੀ ਉਸ ਨੂੰ ਖਾਣਗੇ ਬੋਲੋ ਹਾਲੇਲੂਇਆ ਹਾਲੇਲੂਇਆ ਕਿੰਨੇ ਜਣੇ ਨੂੰ
ਸਮਝ ਲੱਗ ਰਹੀ ਆ। ਇਹ ਅੰਨਾ ਕਿਆ ਕਰੀ ਬੀਜ ਤੁਸੀਂ ਬੀਜ ਦਿੱਤਾ ਆ ਕਿ ਬਾਅਦ ਵਿੱਚ ਜਦੋਂ ਮੈਂ ਫਲ ਖਾਊਂਗਾ ਪਰ ਉਹ ਤੁਹਾਨੂੰ ਨਸੀਬ ਨਹੀਂ ਹੋਣਾ। ਤੁਸੀਂ ਸੁੱਤੇ ਹੋਣਾ ਤੇ ਸਵੇਰੇ ਪੌਦਾ ਹੀ ਉੱਡਿਆ ਹੋਣਾ ਆ। ਪੈਸੇ ਤੁਸੀਂ ਜੋੜ ਕੇ ਰੱਖਣਾ ਆਪਣੇ ਬੁਢਾਪੇ ਦੇ ਲਈ ਲੇਕਿਨ ਬੁਢਾਪਾ ਨਸੀਬ ਹੀ ਨਹੀਂ ਹੋਣਾ। ਆਪਣੇ ਬੱਚਿਆਂ ਦੇ ਲਈ ਜੋੜ ਕੇ ਰੱਖਿਆ ਹੋਣਾ ਆ ਜਦ ਬੱਚੇ ਹੀ ਨਹੀਂ ਰਹੇ ਤਾਂ ਉਹ ਪੈਸਾ ਕਿਸ ਕੰਮ ਦਾ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਇਹ ਆਣਾ ਗਿਆ ਕਰੀ ਕਰਨ ਦੇ ਰਿਜ਼ਲਟ ਆ। ਸੁਣ ਲਓ ਬਾਈਬਲ ਤੁਹਾਨੂੰ ਤੇ ਮੈਨੂੰ ਕੀ ਆਖਦਾ ਆ। ਕਿਹਦੇ ਲਈ ਪੈਸਾ ਜੋੜਦੇ? ਆਪਣੇ ਲਈ, ਆਪਣੇ ਬੱਚਿਆਂ ਦੇ ਲਈ, ਕਾਹਦੇ ਲਈ ਜੋੜਦੇ ਆ? ਜੇ ਅੱਜ ਤੁਹਾਡੀ ਜਾਨ ਤੁਹਾਡੇ ਤੋਂ ਲੈ ਲਈ ਜਾਏ ਕੀ ਕਰੇਗਾ? ਪੈਸਾ ਬਚਾ ਲੇਗਾ ਤੁਹਾਨੂੰ? ICU ਦੇ ਵਿੱਚ ਦੋ ਡਾਕਟਰ ਨੂੰ ਜਿੰਨਾ ਮਰਜ਼ੀ ਪੈਸਾ ਬਚਾ ਲੇਗਾ ਉਹ? ਜਿਹੜਾ ਤੁਸੀਂ ਪੈਸਾ ਜੋੜਦੇ ਤੁਹਾਨੂੰ ਜੀਵਨ ਨਹੀਂ ਦੇ ਸਕਦਾ, ਇਹ ਤੁਹਾਨੂੰ ਨਾਸ਼ ਦੇ ਵੱਲ ਲੈ ਕੇ ਜਾਂਦਾ। ਬਾਈਬਲ ਚ ਲਿਖਿਆ ਜਿੱਥੇ ਤੇਰਾ ਧਨ ਆ ਉੱਥੇ ਤੇਰਾ ਮਨ ਆ। ਹੁਣ ਤੁਹਾਡਾ ਮਨ ਜਿਹੜਾ ਆ ਕੰਮ ਤੇ ਲੱਗਾ ਪਿਆ, ਪੈਸਾ ਕਮਾਉਣ ਤੇ ਲੱਗਾ, ਅਮੀਰ ਹੋ ਜਾਈਏ ਪਤਾ ਗੱਡੀ ਕਾਰ ਕੋਠੀ ਸਭ ਆ ਜਾਵੇ, ਸਵਰਗ ਚ ਪਵਾਉਣਾ ਜਾਣਾ ਨਸੀਬ ਨਾ ਹੋ। ਇੱਥੇ ਦੁਆ ਕਰਨੀ, ਇੱਥੇ ਬਾਈਬਲ ਪੜ੍ਹਨੀ, ਇੱਥੇ ਪ੍ਰਾਰਥਨਾ ਕਰਨੀ, ਇੱਥੇ ਆਗਿਆਕਾਰੀ ਕਰਨੀ, ਸਵਰਗ ਦੇ ਵਿੱਚ ਤੁਹਾਡਾ ਮਕਾਨ ਤਿਆਰ ਹੋ ਰਿਹਾ ਹੈ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਉੱਥੇ ਤੁਹਾਨੂੰ ਮਿਸਤਰੀ ਲਾਉਣ ਦੀ ਲੋੜ ਨਹੀਂ ਆ, ਤੁਹਾਨੂੰ ਇੱਥੇ ਮਿਹਨਤ ਕਰਨ ਦੀ ਲੋੜ ਹੈ ਆਤਮਾ ਦੇ ਵਿੱਚ। ਉੱਥੇ ਖੁਦਾ ਨੇ ਆਪਣੇ ਆਪ ਤੁਹਾਡਾ ਘਰ ਤਿਆਰ ਕਰ ਦੇਣਾ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ? ਬੋਲੋ ਹਾਲੇਲੂਇਆ, ਹਾਲੇਲੂਇਆ। ਲਿਖਿਆ ਕਿ ਤੁਸੀਂ ਆਣਾ ਕਿਆ ਕਰੋਗੇ ਤਾਂ ਮੈਂ ਡਰ ਪਾਉਂਗਾ ਤੁਹਾਡੇ ਉੱਤੇ। ਤੁਹਾਨੂੰ ਕਿਸੇ ਚੀਜ਼ ਦੀ ਤੁਸੀਂ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰੋਗੇ ਔਰ ਇੰਤਜ਼ਾਮ ਵੀ ਨਹੀਂ ਕੀਤਾ ਜਾਏਗਾ। ਘਰ ਚ ਖਾਣ ਨੂੰ ਕੁਝ ਹੋਏਗਾ ਨਹੀਂ, ਇੰਤਜ਼ਾਮ ਕਰਨ ਨਿਕਲੋਗੇ ਖਾਲੀ ਹੱਥ ਵਾਪਸ ਆਓਗੇ। ਇਹ ਅਣ ਆਗਿਆਕਾਰੀ ਕਰਨ ਦੇ ਕਾਰਨ ਇਦਾਂ ਹੋਏਗਾ। ਘਰ ਚ ਪੈਸਾ ਨਹੀਂ ਹੋਏਗਾ, ਕਿਸੇ ਕੋਲ ਲੈਣ ਜਾਓਗੇ ਮਿਲੇਗਾ ਨਹੀਂ। ਇਹ ਅਣ ਆਗਿਆਕਾਰੀ ਦੇ ਰਿਜ਼ਲਟ ਤੁਹਾਨੂੰ ਮਿਲਣਗੇ। ਬਿਮਾਰੀ ਹੋਏਗੀ ਤੁਹਾਡੇ ਜੀਵਨ ਚ, ਡਾਕਟਰਾਂ ਦੇ ਧੱਕੇ ਖਾਓਗੇ ਚੰਗਿਆਈ ਨਹੀਂ ਮਿਲੇਗੀ, ਠੀਕ ਨਹੀਂ ਹੋਵੇ, ਦਵਾਈ ਕਾਟ ਨਹੀਂ ਕਰੇਗੀ। ਕਿਉਂ? ਕਿਉਂਕਿ ਉਹ ਬਿਮਾਰੀ ਜਿਹੜੀ ਉਹ ਸਰੀਰ ਦੀ ਬਿਮਾਰੀ ਨਹੀਂ ਆ, ਉਹ ਮੌਸਮ ਬਦਲਣ ਵਾਲੀ ਬਿਮਾਰੀ ਨਹੀਂ ਆ, ਉਹ ਅਣ ਆਗਿਆਕਾਰੀ ਕਾਰਨ ਦੇ ਕਾਰਨ ਬਿਮਾਰੀ ਆ। ਉਹ ਜਦੋਂ ਤੁਸੀਂ ਆਗਿਆਕਾਰੀ ਚ ਆਓਗੇ ਫਿਰ ਉਹ ਬਿਮਾਰੀ ਤੋਂ ਸ਼ਿਫਾ ਪਾਓਗੇ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਕਿਹਨੇ ਨੇ ਮੇਰੀ ਗੱਲ ਸਮਝ ਰਿਹਾ? ਬਹੁਤ ਇਲਾਜ ਕਰਾ ਲੈਂਦੇ ਆ, ਬਹੁਤ ਡਾਕਟਰ ਬਦਲ ਲੈਂਦੇ ਆ, ਕੋਈ ਕਹਿੰਦਾ ਉੱਥੇ ਦੇਸੀ ਦਵਾਈ ਮਿਲਦੀ ਆ, ਕੋਈ ਕਹਿੰਦੇ ਉਹਦਾ ਸਪੈਸ਼ਲ ਇਲਾਜ ਕਰਦਾ ਆ, ਜਾਂਦੇ ਆ ਦਵਾਈ ਖਾਂਦੇ ਆ ਪਰ ਫਰਕ ਨਹੀਂ ਪੈਂਦਾ। ਕਿਉਂ? ਤੁਹਾਨੂੰ ਸ਼ਾਇਦ ਇੰਨਾ ਨਹੀਂ ਪਤਾ ਕਿ ਜਿਹੜੀ ਬਿਮਾਰੀ ਉਹ ਅਣ ਆਗਿਆਕਾਰੀ ਕਾਰਨ ਦੇ ਕਾਰਨ ਆ। ਆਗਿਆਕਾਰੀ ਦੇ ਵਿੱਚ ਆਓ ਤੇ ਬਿਮਾਰੀ ਤੋਂ ਸ਼ਿਫਾ ਪਾਓ। ਸਾਰੀ ਕਲੀਸਿਆ ਬੋਲਿਆ ਆਮੀਨ। ਇਹਨਾਂ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਆਗਿਆਕਾਰੀ ਦੇ ਵਿੱਚ ਆ ਜਾਓ, ਪਰਮੇਸ਼ਵਰ ਦੇ ਲਈ ਕੋਈ ਵੀ ਕੰਮ ਔਖਾ ਨਹੀਂ। ਬਾਈਬਲ ਚ ਲਿਖਿਆ ਇਨਸਾਨ ਦੇ ਲਈ ਅਣਹੋਣਾ ਜਿਹੜਾ ਕੰਮ ਆ ਨਹੀਂ ਹੋ ਸਕਦਾ, ਉਹ ਪਰਮੇਸ਼ਵਰ ਦੇ ਦੁਆਰਾ ਹੋ ਸਕਦਾ ਹੈ। ਬਾਈਬਲ ਇਦਾਂ ਕਰਕੇ ਆਖਦਾ ਹੈ। ਹਾਲੇਲੂਇਆ, ਹਾਲੇਲੂਇਆ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਹਨ? ਸਾਰਿਆਂ ਨੂੰ ਮੇਰੀ ਗੱਲ ਸਮਝ ਆ ਰਹੀ ਆ? ਗੋਡੀ ਵੀ ਕਰੂੰਗੇ ਔਰ ਫਲ ਵੀ ਖਾਓਗੇ, ਮਿਹਨਤ ਵੀ ਕਰੂੰਗੇ ਇੱਥੇ ਤੇ ਸਵਰਗ ਚ ਆਨੰਦ ਪਾਓਗੇ। ਅਗਰ ਇੱਥੇ ਮਿਹਨਤ ਨਹੀਂ ਕਰੋਗੇ ਤੇ ਨਰਕ ਦੇ ਵਿੱਚ ਫਿਰ ਤੁਸੀਂ ਜਲੂਗੇ, ਸੜੂਗੇ। ਬਾਈਬਲ ਚ ਲਿਖਿਆ ਉੱਥੇ ਰੋਣਾ ਤੇ ਕਚੀਚੀਆਂ ਵੱਟਣਾ ਆ। ਹਾਲੇਲੂਇਆ, ਹਾਲੇਲੂਇਆ। ਜਿਹੜੇ ਮਕਾਨ ਤੁਸੀਂ ਬਣਾ ਰਹੇ ਆ ਪਰਮੇਸ਼ਵਰ ਦੇ ਹੁਕਮਾਂ ਦੀ ਉਲੰਘਣਾ ਕਰਕੇ, ਜਿਹਦੀਆਂ ਨੀਹਾਂ ਤੁਸੀਂ ਰੱਖ ਲਈਆਂ ਆ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਕੇ, ਉਹਦੇ ਵਿੱਚ ਰਹਿਣਾ ਨਸੀਬ ਨਹੀਂ ਹੋਏਗਾ। ਮੈਂ ਤੁਹਾਨੂੰ ਸ਼ਰਾਬ ਨਹੀਂ ਦੇ ਰਿਹਾ, ਬਾਈਬਲ ਆਖਦਾ। ਮੈਨੂੰ ਕੀ ਅਧਿਕਾਰ ਆ ਕਿਸੇ ਨੂੰ ਸ਼ਰਾਬ ਦੇਵਾਂ? ਲੇਕਿਨ ਜੋ ਬਾਈਬਲ ਆਖਦਾ ਮੈਂ ਤੁਹਾਨੂੰ ਜਾਣੂ ਕਰਵਾ ਰਿਹਾ। ਅਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਹਜ਼ੂਰੀ ਨਹੀਂ ਸਮਝਦੇ ਹਾਂ। ਹਾਲੇਲੂਇਆ, ਹਾਲੇਲੂਇਆ। ਹਾਂਜੀ, ਅੱਗੇ ਕੰਟੀਨਿਊ ਕਰੀਏ। ਅਤੇ ਮੈਂ ਆਪਣਾ ਮੂੰਹ ਤੁਹਾਡੇ ਅੱਗੇ ਰੱਖਾਂਗਾ। ਹਾਂਜੀ, ਅਤੇ ਤੁਸੀਂ ਆਪਣੇ ਵਿਆਰੀਆਂ ਤੇ ਅੱਗੇ ਵੱਡੇ ਜਾਵਾਂਗੇ। ਕਿੱਥੇ ਮੂੰਹ ਰੱਖਾਂਗਾ ਮੈਂ ਤੁਹਾਡੇ ਵਿਰੋਧ? ਕਿਹਦੇ ਵਿਰੁੱਧ? ਮੈਂ ਕਲੀਸਿਆ ਤੋਂ ਸੁਣਨਾ ਚਾਹੁੰਦਾ, ਕਿਹਦੇ ਵਿਰੁੱਧ? ਕਿਹਦੇ ਵਿਰੁੱਧ? ਤੁਹਾਡੇ? ਮੇਰੇ? ਮੇਰੇ ਵਿਰੁੱਧ? ਹਾਂ, ਜਿਹੜੇ ਅਣ ਆਗਿਆਕਾਰੀ ਕਰਦੇ ਆ ਉਹਨਾਂ ਦੇ ਵਿਰੁੱਧ। ਮੈਂ ਤੁਹਾਡੇ ਵੀ ਨਹੀਂ ਕਹਿੰਦਾ, ਤੁਸੀਂ ਜਾਣਦੇ ਹੋਵੋਗੇ ਕਿਹੜੇ ਅਣ ਆਗਿਆਕਾਰੀ ਕਰਦੇ ਆ।
ਫਿਰ ਤੁਸੀਂ ਦੁਆ ਕਰੋਗੇ, ਰੋਜੇ ਰੱਖੋਗੇ, ਜਦ ਮੂਹੀ ਵਿਰੋਧ ਦੇ ਵਿੱਚ ਹਾਂ ਪਤਾ ਕਿੱਦਾਂ ਲੱਗੂਗਾ, ਹੁਣ ਮੇਰੇ ਪਿੱਠ ਪਿੱਛੇ ਕੀ ਹੋ ਰਿਹਾ ਮੈਨੂੰ ਕੀ ਪਤਾ ਲੱਗੇਗਾ, ਹੁਣ ਮੈਂ ਇਸ ਤਰ੍ਹਾਂ ਕਰਕੇ ਪਿੱਠ ਕੀਤੀ ਆ, ਤੁਸੀਂ ਕੀ ਕਰ ਰਹੇ ਮੈਨੂੰ ਕੀ ਪਤਾ, ਏਦਾਂ ਪਰਮੇਸ਼ਵਰ ਕਰੇਗਾ ਜਦੋਂ ਤੁਸੀਂ ਅੜਾ ਕਿਆ ਕਰੀ ਕਰੋਗੇ, ਲਿਖਿਆ ਮੈਂ ਆਪਣਾ ਮੂੰਹ ਉਹਨਾਂ ਦੇ ਵਿਰੋਧ ਦੇ ਵਿੱਚ ਕਰਾਂਗਾ, ਵਿਰੋਧ ਦੇ ਵਿੱਚ ਮਤਲਬ ਏਦਾਂ ਨੀ ਕਿ ਮੂੰਹ ਘੁਮਾਉਣ ਦਾ ਰਾਜ਼ ਹੋ ਜਾਣਾ ਪ੍ਰਭੂ ਨੇ, ਵਿਰੋਧ ਦੇ ਵਿੱਚ ਮਤਲਬ ਬਿਮਾਰੀਆਂ, ਲਾਚਾਰੀਆਂ, ਦੁੱਖ, ਤਕਲੀਫ, ਰੋਣਾ, ਚੀਚੀਆਂ ਵੱਟਣਾ, ਸਭ ਕੁਛ ਹੋਏਗਾ, ਪਰੇਸ਼ਾਨ, ਸਭ ਕੁਛ ਹੋਣ ਦੇ ਬਾਵਜੂਦ ਵੀ ਸ਼ਾਂਤੀ ਨਹੀਂ ਹੋਏਗੀ। ਇਸਰਾਇਲੀ ਲੋਕ ਕੀ ਕਰਦੇ ਸੀ, ਅੱਕ ਕੇ ਸੀਗੇ, ਦੁਹਾਈਆਂ ਦਿੱਤੀਆਂ ਪ੍ਰਭੂ ਨੂੰ, ਪ੍ਰਭੂ ਨੇ ਮੂੰਹ ਹੀ ਫੇਰਿਆ ਹੋਇਆ ਸੀਗਾ ਪਾਪ ਦੇ ਕਾਰਨ, ਪਾਪੀ ਤੇ ਪਾਪ ਦੇ ਪਾਪ, ਪਾਪ ਦੇ ਪਾਪ। ਫਿਰ ਪ੍ਰਭੂ ਨੇ ਮੂਸਾ ਨੂੰ ਚੁਣਿਆ, ਉਹਨਾਂ ਦੀਆਂ ਉਹਨਾਂ ਦਾ ਰੋਣਾ ਸੁਣਿਆ, ਫਿਰ ਮਿਹਨਤ ਬਹੁਤ ਹੈ, ਅਣਆਗਿਆਕਾਰੀ ਕਰਨ ਤੋਂ ਬਾਅਦ ਤੁਸੀਂ ਆਗਿਆਕਾਰੀ ਚਾਹੁੰਦੇ ਆ, ਫਿਰ ਮਿਹਨਤ ਦੇ ਨਾਲ ਆਉਣਾ ਆ, ਸਿੱਧਾ ਹੀ ਨਹੀਂ। ਯਿਸੂ ਮਸੀਹ ਦਾ ਮੂੰਹ ਆਪਣੇ ਵੱਲ ਨੂੰ ਘੁਮਾਉਣਾ ਕੋਈ ਆਸਾਨ ਨਹੀਂ ਹੈ, ਜੇ ਪਿੱਠ ਹੋਈ ਆ ਤਾਂ ਉੱਧਰ ਕੁਛ ਅਲੱਗ ਅਨੋਖਾ ਕਰਕੇ ਦਿਖਾਉਣਾ ਪੈਣਾ ਹੈ। ਜੇ ਸਾਰੇ 10-10 ਮਿੰਟ ਦੀ ਦੁਆ ਕਰਦੇ, ਤੁਸੀਂ ਵੀ 10 ਮਿੰਟ ਦੀ ਦੁਆ ਕਰੋਗੇ ਤੇ ਮੂੰਹ ਤੁਹਾਡੇ ਵੱਲ ਨੂੰ ਨਹੀਂ ਘੁੰਮਣਾ, ਤੁਹਾਨੂੰ 20-25 ਮਿੰਟ ਦੀ ਦੁਆ ਕਰਨੀ ਪੈਣੀ, ਫਿਰ ਮੂੰਹ ਤੁਹਾਡੇ ਵੱਲ ਨੂੰ ਘੁੰਮਣਾ। ਕਿੰਨੇ ਜਣੇ ਮੇਰੀ ਗੱਲ ਤੋਂ ਸਮਝ ਰਹੇ, ਬੋਲੋ ਹਾਲੇਲੂਇਆ ਹਾਲੇਲੂਇਆ। ਇੱਥੇ ਕੋਈ ਬੰਦਾ ਹੈ ਜਿਹੜਾ 1.5 ਘੰਟਾ ਦੁਆ ਕਰਦਾ ਹੋਵੇ, ਇੱਕ ਵਾਰੀ ਬੈਠ ਗਿਆ ਦੁਆ ਚ, ਦੇਖੋ ਪੂਰੇ ਦਿਨ ਚ ਜਿਹੜਾ 1.5 ਘੰਟਾ ਦੁਆ ਕਰਦਾ ਹੈ, ਪੂਰੇ ਦਿਨ ਦੇ ਵਿੱਚ 1.5 ਘੰਟਾ, ਅੱਧਾ ਘੰਟਾ ਸਵੇਰੇ, ਅੱਧਾ ਘੰਟਾ ਦੁਪਹਿਰੇ, ਅੱਧਾ ਘੰਟਾ ਸ਼ਾਮ, ਕਰੋ 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 ਮੱਥ ਖੜੇ, ਜਦੋਂ ਪਤਾ ਲੱਗੇ ਅੱਜ 1-2-3 ਜਿਹੜੇ 5 ਮਿੰਟ ਦੁਆ ਕਰਦੇ ਆ ਪੂਰੇ ਦਿਨ ਚੋਂ, ਹੱਥ ਖੜੇ ਕਰਦੇ ਜਿਹੜੇ 5 ਮਿੰਟ ਦੁਆ ਕਰਦੇ, 5 ਮਿੰਟ ਵੀ ਜਿਹੜੇ 5 ਮਿੰਟ ਤੋਂ ਜ਼ਿਆਦਾ ਕਰਦੇ ਆ, ਹੱਥ ਖੜੇ ਕਰੋ ਜਿਹਨਾਂ ਦੀ 5 ਮਿੰਟ ਤੋਂ ਜ਼ਿਆਦਾ ਆ, ਔਰ 10 ਮਿੰਟ ਤੋਂ ਥੱਲੇ ਆ। ਕਿੱਥੇ ਤੁਹਾਡਾ ਹਿੱਸਾ ਰੱਖੀਏ, ਆਗਿਆਕਾਰੀ ਚ ਜਾਂ ਅਣਆਗਿਆਕਾਰੀ ਦੇ ਵਿੱਚ? ਪੂਰੇ ਦਿਨ ਦਾ ਦਸਵੰਧ ਕਿੰਨਾ ਬਣਦਾ ਆ ਪ੍ਰਾਰਥਨਾ ਦਾ? ਕਿੰਨੇ? 2 ਘੰਟੇ ਬਣਦੇ ਆ, 2.5 ਘੰਟੇ, 24 ਦਾ, 24 ਦਾ ਦਸਵੰਧ ਕਿੰਨਾ ਬਣਦਾ, ਕਿੰਨਾ ਬਣਦਾ? ਮੈਨੂੰ ਪਤਾ ਹੀ ਨੀ, ਮੈਂ ਤੁਹਾਡੇ ਤੋਂ ਪੁੱਛ ਰਿਹਾ ਕਿੰਨਾ, 5 ਮਿੰਟ? ਤੁਸੀਂ ਤਾਂ ਉਹੀ ਦੇ ਰਹੇ ਆ, ਬਾਈਬਲ ਚ ਲਿਖਿਆ ਤੂੰ ਮੈਨੂੰ 10ਵਾਂ ਹਿੱਸਾ ਲਿਆ ਕੇ ਦੇ, ਕਿੰਨੇ? 2.5 ਕਹਿ ਰਿਹਾ ਕਰ, 2.5 ਕਿੰਨੇ ਬਣਦੇ ਆ, ਮੈਨੂੰ 2 ਗਵਾਹੀਆਂ ਤਾਂ ਪੈਣ, 2.5 ਘੰਟੇ, ਭੁੱਖੀ ਬੱਚੇ ਕਿੰਨੇ ਬਣਦੇ, 2.5 ਘੰਟੇ, ਭੈਣਾਂ ਦੇ ਵਿੱਚੋਂ ਕੋਈ ਦੱਸਣ, ਜਮਨ ਕਿੰਨੇ ਬਣਦੇ, 2.5 ਘੰਟੇ ਬਣਦੇ ਆ, ਕਿੱਥੇ ਕਿੱਥੇ ਠੱਗੀ ਮਾਰੀ ਜਾਂਦੀ ਤੁਸੀਂ ਰੱਬ ਦੇ ਨਾਲ, ਬਾਈਬਲ ਤੇ ਲਿਖਿਆ ਤੁਸੀਂ ਮੈਨੂੰ ਠੱਗਦੇ ਆ, ਏਦਾਂ ਲਿਖਿਆ, ਛੱਡ ਦਿਓ ਹੁਣ, ਸੁਣੋ ਹੁਣ ਮੈਂ ਕਿੱਦਾਂ ਗਲਾਸ ਲਾਉਣਾ ਤੇ, ਬਾਈਬਲ ਦੇ ਵਿੱਚ, ਬਾਈਬਲ ਚ ਲਿਖਿਆ ਤੁਸੀਂ ਮੈਨੂੰ ਠੱਗਦੇ ਪਏ ਆ, ਔਰ ਇਹ ਵੀ ਲਿਖਿਆ ਪਰਮੇਸ਼ਰ ਨੇ ਕਿਹਾ ਤੁਸੀਂ ਪੁੱਛੋਗੇ ਕਾਹਦੇ ਵਿੱਚ ਠੱਗਦੇ ਆ, ਫਿਰ ਪਰਮੇਸ਼ਰ ਨੇ ਕਿਹਾ ਮੈਂ ਤੁਹਾਨੂੰ ਆਖਦਾ ਦਸਵੰਧਾਂ ਦੇ ਵਿੱਚ, ਭੇਂਟਾਂ ਦੇ ਵਿੱਚ, ਪੈਸਾ ਦੇਣਾ ਨਹੀਂ ਦਸਵੰਧ ਆ ਕਰਨਾ, ਦੁਆ ਦਾ ਦਸਵੰਧ ਦੇਣਾ, ਪੂਰੇ ਦਿਨ ਦਾ ਦਸਵੰਧ ਦੇਣਾ, ਇਕੱਠੇ 2.5 ਘੰਟੇ ਤੁਸੀਂ ਬਹਿ ਨਹੀਂ ਸਕਦੇ, ਮੈਨੂੰ ਪੂਰਾ ਵਿਸ਼ਵਾਸ ਕਰਦੇ ਨੇ, ਪਰ ਪੂਰੇ ਦਿਨ ਚ ਪਾਰਟੀਸ਼ਨ ਕਰ ਸਕਦੇ ਆ,
ਅੱਧਾ ਘੰਟਾ ਸਵੇਰੇ ਜਾਂ ਘੰਟਾ ਸਵੇਰੇ ਦੁਪਹਿਰ ਨੂੰ ਥੋੜਾ ਟਾਈਮ ਤੇ ਰਾਤ ਨੂੰ ਜ਼ਿਆਦਾ ਢਾਈ ਘੰਟੇ ਤੁਸੀਂ ਕਰ ਸਕਦੇ ਆ, ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਤੇ ਅੱਧਾ ਘੰਟਾ ਦੁਪਹਿਰੇ ਲੰਚ ਟਾਈਮ ਦੇ ਵਿੱਚ ਜਾਂ ਚੱਲਦੇ ਫਿਰਦੇ ਜਿੱਥੇ ਵੀ ਤੁਸੀਂ ਹੋ ਸਕਦਾ ਕਿ ਨਹੀਂ ਹੋ ਸਕਦਾ ਹੋ ਸਕਦਾ ਕਿ ਨਹੀਂ ਹੋ ਸਕਦਾ ਅਗਲੇ ਹਫ਼ਤੇ ਪੁੱਛਾਂਗਾ ਫਿਰ ਕਿਹਨੇ ਕਿਹਨੇ ਪੂਰਾ ਕੀਤਾ ਫਿਰ ਉਹਨਾਂ ਦਾ ਹਿੱਸਾ ਆਗਿਆ ਘੜੀ ਦੇ ਵਿੱਚ ਆਏਗਾ। ਹੁਣ ਤੁਸੀਂ ਅਣ ਆਗਿਆ ਘੜੀ ਦੇ ਵਿੱਚ ਆ, ਅਗਲੇ ਹਫ਼ਤੇ ਪਤਾ ਲੱਗੇਗਾ ਕਿ ਤੁਸੀਂ ਆਗਿਆ ਘੜੀ ਦੇ ਵਿੱਚ ਆਏ ਆ ਜਾਂ ਨਹੀਂ ਆਏ। ਹਾਲੇਲੂਇਆ ਹਾਲੇਲੂਇਆ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ? ਤੇਰੀਆਂ ਦੁਆਵਾਂ ਕੀ ਕਰ ਰਹੇ ਆ ਤਾਂ ਛੱਤ ਤੱਕ ਹੀ ਰਹਿ ਜਾਂਦੀਆਂ ਆ, 15 15 ਮਿੰਟ ਦੀਆਂ। ਮੇਰੀ ਗੱਲ ਨੂੰ ਸਮਝ ਰਹੇ ਆ? ਨਹੀਂ ਸਮਝ ਰਹੇ। ਇਸੇ ਕਰਕੇ ਪਰਿਵਾਰ ਦੇ ਵਿੱਚ ਦੁੱਖ ਆ। ਪਰਿਵਾਰ ਚ ਇੱਕ ਬੰਦਾ ਦੁਖੀ ਆ ਤੇ ਪੂਰਾ ਪਰਿਵਾਰ ਹੈ ਦੁਖੀ ਹੈ। ਏਦਾਂ ਤਾਂ ਹੈ ਨਹੀਂ ਕੋਈ ਦੁਖੀ ਹੈ ਤੁਹਾਨੂੰ ਬੰਨ ਦਿੱਤਾ ਜਾਵੇ ਨੌਕਰ ਚ, ਏਦਾਂ ਤਾਂ ਹੈ ਕਿਆ? ਉਹਦੇ ਨਾਲ ਸਾਰੇ ਦੁਖੀ ਹੈ। ਕਿਉਂ? ਅਣ ਆਗਿਆਕਾਰੀ। ਕਰੀਏ ਅੱਗੇ ਕੰਟੀਨਿਊ, ਨਾ ਹੋਰ ਵੀ ਕਲਾ ਪੜੋ ਅੱਜ ਕੇ ਆਏ। ਪੜੋ ਪੜੋ ਜਲਦੀ। ਅਸੀਂ ਮੈਂ ਆਪਣਾ ਮੂੰਹ ਤੁਹਾਡੇ ਦੁੱਧ ਰੱਖਾ ਦਾ। ਪਰਮੇਸ਼ਰ ਨੇ ਕਿਹਾ ਅਗਰ ਤੁਸੀਂ ਅਣ ਆਗਿਆਕਾਰੀ ਕਰੋਗੇ ਤਾਂ ਮੈਂ ਆਪਣਾ ਮੂੰਹ ਤੁਹਾਡੇ ਵਿਰੋਧ ਵਿੱਚ ਕਰਾਂਗਾ, ਤੁਹਾਡੇ ਵਿਰੁੱਧ ਕਰਾਂਗਾ। ਹਾਂਜੀ, ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਡੇ ਜਾਓਗੇ। ਤੁਸੀਂ ਆਪਣੇ ਵੈਰੀਆਂ ਦੇ ਅੱਗੇ ਵੱਡੇ ਜਾਓਗੇ, ਸ਼ੈਤਾਨ ਨਾਲ ਲੜਨ ਦੀ ਕੋਸ਼ਿਸ਼ ਕਰੋਗੇ, ਹਾਰ ਜਾਓਗੇ। ਸ਼ੈਤਾਨ ਤੁਹਾਡੇ ਕੋਲ ਨਸ਼ਾ ਕਰਾਉਣ ਦੀ ਕੋਸ਼ਿਸ਼ ਕਰੇਗਾ ਔਰ ਤੁਸੀਂ ਕਹੋਗੇ ਮੈਂ ਨਹੀਂ ਕਰਨਾ ਨਹੀਂ ਕਰਨਾ, ਲੇਕਿਨ ਉਹ ਤੁਹਾਡੇ ਉੱਤੇ ਹੈਵੀ ਹੋ ਜਾਏਗਾ। ਸਿਚੁਏਸ਼ਨ ਇੱਦਾਂ ਦੀ ਪੈਦਾ ਹੋ ਜਾਏਗੀ ਜਾਂ ਹਾਲਾਤ ਇੱਦਾਂ ਦੇ ਪੈਦਾ ਹੋ ਜਾਣਗੇ, ਤੁਸੀਂ ਇੰਨੇ ਪਰੇਸ਼ਾਨ ਹੋ ਜਾਓਗੇ, ਤੁਹਾਨੂੰ ਲੱਗੇਗਾ ਕਿ ਮੈਂ ਨਸ਼ਾ ਕਰਕੇ ਆਪਣੇ ਆਪ ਨੂੰ ਸਕੂਨ ਦਵਾਂ। ਬਾਈਬਲ ਚ ਲਿਖਿਆ ਤੁਸੀਂ ਆਪਣੇ ਵੈਰੀ ਦੇ ਅੱਗੇ ਨੱਠੋਗੇ, ਮਾਰੇ ਜਾਓਗੇ। ਹਾਲੇਲੂਇਆ ਹਾਲੇਲੂਇਆ। ਇਹ ਅਣ ਆਗਿਆਕਾਰੀ ਕਾਰਨ ਦੇ ਹੋਏਗਾ, ਜਦੋਂ ਅਣ ਆਗਿਆਕਾਰੀ ਕਰੋਗੇ। ਹਾਂਜੀ, ਅੱਗੇ ਕੀ ਲਿਖਿਆ? ਅਸੀਂ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਾਂ, ਹਾਂਜੀ, ਉਹ ਤੁਹਾਡੇ ਉੱਤੇ ਰਾਜ ਕਰਨਗੇ। ਜਿਹੜੇ ਤੁਹਾਡੇ ਨਾਲ ਵੈਰ ਕਰਦੇ ਆ ਉਹ ਤੁਹਾਡੇ ਉੱਤੇ ਕੀ ਕਰਨਗੇ? ਰਾਜ ਕਰਨਗੇ। ਅੱਜ ਸਾਡਾ ਵੈਰੀ ਕੌਣ ਆ? ਕੌਣ ਆ? ਸ਼ੈਤਾਨ ਸਾਡਾ ਵੈਰੀ ਆ। ਬਾਈਬਲ ਕੀ ਆਖਦਾ ਆ? ਅਗਰ ਤੁਸੀਂ ਅਣ ਆਗਿਆਕਾਰੀ ਕਰੋਗੇ ਤੇ ਤੁਹਾਡਾ ਜਿਹੜਾ ਵੈਰੀ ਆ ਉਹ ਤੁਹਾਡੇ ਉੱਤੇ ਕੀ ਕਰੇਗਾ? ਅੰਗ ਫਿੱਟ ਕਰ ਦੇਗਾ ਕੋਈ ਨਾ ਕੋਈ ਤੁਹਾਡੇ ਉੱਤੇ, ਝੂਠ ਬੁਲਾਉਣ ਵਾਲਾ, ਨਸ਼ਾ ਕਰਨ ਵਾਲਾ, ਸਿਗਰਟਾਂ ਬੀੜੀਆਂ ਪੀਣ ਵਾਲਾ, ਹੈ ਬੁਰਾ ਦੇਖਣ ਵਾਲਾ, ਬੁਰਾ ਸੁਣਨ ਵਾਲਾ, ਚੁਗਲੀਆਂ ਸੁਣਨ ਵਾਲਾ, ਕਰਨ ਵਾਲਾ, ਏਦਾਂ ਦੇ ਅੰਗ ਫਿੱਟ ਕਰ ਦੇਗਾ। ਇੱਕ ਤਾਂ ਕਈਆਂ ਦਾ ਅੰਗ ਫਿੱਟ ਬਹੁਤ ਸਦਾ ਤੋਂ ਚੱਲਦਾ ਆ ਰਿਹਾ, ਜਿਹੜਾ ਐਤਵਾਰ ਨੂੰ ਵੀ ਕੰਮ ਤੇ ਦੌੜਦੇ ਆ। ਸਮਝ ਰਹੇ ਮੇਰੀ ਗੱਲ ਨੂੰ? ਇਹ ਸ਼ੈਤਾਨ ਦੇ ਅੰਗ ਆ। ਜਿਹੜਾ ਬੰਦਾ ਸ਼ੈਤਾਨ ਦੇ ਅੰਗਾਂ ਨੂੰ ਸਮਝ ਗਿਆ ਉਹ ਆਗਿਆਕਾਰੀ ਦੇ ਵਿੱਚ ਆ ਗਿਆ, ਉਹ ਫਿਰ ਉਹ ਡਾਂਟੇਗਾ ਔਰ ਉਹਦੇ ਜੂਏ ਹੇਠਾਂ ਨਿਕਲ ਆਏਗਾ। ਬੋਲੋ ਹਾਲੇਲੂਇਆ 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 ਹਾਲੇਲੂਇਆ। ਲਿਖਿਆ ਤੁਹਾਡੇ ਵੈਰੀ ਤੁਹਾਡੇ ਉੱਤੇ ਰਾਜ ਕਰਨਗੇ। ਅੱਜ ਵੀ ਰਾਜ ਕਰਦਾ ਹੈ ਵੈਰੀ ਸਾਡੀ ਜ਼ਿੰਦਗੀਆਂ ਦੇ ਵਿੱਚ, ਤੁਸੀਂ ਜਾਣ ਸਕਦੇ ਆ ਆਪਣੇ ਜ਼ਿੰਦਗੀਆਂ। ਹਾਂਜੀ, ਅੱਗੇ ਕੰਟੀਨਿਊ ਕਰੀਏ। ਅਤੇ ਭਾਵੇਂ ਤੁਹਾਡੇ ਮਗਰ ਨਾ ਰੱਖੇ, ਹਾਂਜੀ, ਤਾਂ ਵੀ ਤੁਸੀਂ ਭੱਜੋਗੇ। ਦੇਖ ਲਓ ਬਾਈਬਲ ਕਿੱਦਾਂ ਆਖਦਾ, ਆਣਾ ਗਿਆ ਕਦੇ ਕਹਿੰਦਾ ਤੁਹਾਡੇ ਪਿੱਛੇ ਵੀ ਕੋਈ ਨਹੀਂ ਹੋਊਗਾ ਤੁਸੀਂ ਫਿਰ ਵੀ ਭੱਜੀ ਜਾਓਗੇ, ਡਰ ਦੇ ਨਾਲ ਕਮਲੇ ਹੋ ਜਾਓਗੇ, ਪਿੱਛੇ ਵੀ ਨਹੀਂ ਹੋਏਗਾ ਤੁਹਾਡੇ ਕੋਲ। ਪੜੋ ਦੁਆਰਾ ਕੀ ਲਿਖਿਆ, ਇਹ ਆਣਾ ਗਿਆ ਕਰੀ ਦਾ ਰਿਜ਼ਲਟ ਆ। ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ, ਭਾਵੇਂ ਕੋਈ ਤੁਹਾਡੇ ਪਿੱਛੇ ਹੋਊਗਾ ਵੀ ਨਹੀਂ ਤਾਂ ਵੀ ਤੁਸੀਂ ਭੱਜੋਗੇ, ਤਾਂ ਵੀ ਤੁਸੀਂ ਭੱਜੋਗੇ। ਹਾਂਜੀ, ਅਤੇ ਜੇ ਤੁਸੀਂ ਇਹ ਸਭ ਕਰਕੇ ਮੇਰੀ ਵੱਲ ਧਿਆਨ ਨਾ ਕਰੋ, ਇਹ ਜੇ ਤੁਸੀਂ ਸਾਰਾ ਕੁਝ ਸੁਣ ਕੇ ਮੇਰੇ ਵੱਲ ਫਿਰ ਵੀ ਧਿਆਨ ਨਹੀਂ ਕਰਦੇ ਆ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਹੋਰ ਦੰਡ ਦੇਵਾਂਗਾ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਸਜ਼ਾ ਦੇਵਾਂਗਾ। ਇਹ ਜਿਹੜੀ ਸਜ਼ਾ ਦੇ ਵਿੱਚ ਤੁਸੀਂ ਹੈਗੇ ਆ ਇਸ ਵਕਤ, ਆਪਣੀ ਬੋਡੀਆਂ ਨੂੰ ਜਾਣ ਸਕਦੇ ਆ, ਆਪਣੇ ਪਰਿਵਾਰਾਂ ਨੂੰ ਦੇਖ ਸਕਦੇ ਆ, ਇਹ 1% ਆ। ਤੇ ਅਗਰ ਤੁਸੀਂ ਸੁਣ ਕੇ ਵੀ ਨਹੀਂ ਆਗਿਆਕਾਰੀ ਦੇ ਵਿੱਚ ਆਉਂਦੇ ਆ ਤੇ 7 ਗੁਣਾ ਸ਼ਰਾਬ ਲੈਣ ਦੇ ਲਈ ਰੈਡੀ ਰਹੋ, ਫਿਰ 7 ਗੁਣਾ ਦੰਡ ਲੈਣ ਦੇ ਲਈ ਰੈਡੀ ਰਹੋ, ਫਿਰ ਆਪਣੇ ਆਪ ਨੂੰ ਮਜ਼ਬੂਤ ਰੱਖਣਾ। ਬਾਈਬਲ ਇਸ ਤਰ੍ਹਾਂ ਕਰਕੇ ਆਖਦਾ ਆ, ਇਹ ਸਾਰੀਆਂ ਗੱਲਾਂ ਸੁਣਨ ਦੇ ਬਾਵਜੂਦ ਵੀ ਅਗਰ ਤੁਸੀਂ ਆਗਿਆਕਾਰੀ ਦੇ ਵਿੱਚ ਨਹੀਂ ਆਉਂਦੇ ਆ ਤੇ 7 ਗੁਣਾ ਮੈਂ ਦੰਡ ਪਾਵਾਂਗਾ ਤੁਹਾਡੇ ਤੇ, ਬਾਈਬਲ ਇਸਾ ਕਰਕੇ ਆਖਦਾ ਆ। ਹਾਂਜੀ, ਅਸੀਂ ਕੰਟੀਨਿਊ ਕਰੀਏ। ਅਸੀਂ ਮੈਂ ਤੁਹਾਡੀ ਜ਼ੋਰਾਵਰੀ ਦਾ ਹੰਕਾਰ ਤੋੜਾਂਗਾ, ਅਸੀਂ ਮੈਂ ਤੁਹਾਡਾ ਦਾਜ ਦੋਹੀ ਬਣਦਾ,
ਮੈਂ ਤੁਹਾਡਾ ਆਕਾਸ਼ ਲੋਹੇ ਵਰਗਾ ਅਤੇ ਤੁਹਾਡੀ ਧਰਤੀ ਪਿੱਤਲ ਵਰਗੀ ਬਣਾਵਾਂਗਾ ਔਰ ਤੁਹਾਡੀ ਧਰਤੀ ਪਿੱਤਲ ਵਰਗੀ ਬਣਾ ਦੇਵਾਂਗਾ ਮਤਲਬ ਕਿ ਜਿਸ ਘਰ ਦੇ ਵਿੱਚ ਤੁਸੀਂ ਹੈਗੇ ਆ ਸਾਰੀ ਨਹੀਂ ਕਈ ਦੁਆਵਾਂ ਕਰਨ ਵਾਲੇ ਵੀ ਹੈਗੇ ਆ ਕਈ ਆਗਿਆਕਾਰੀ ਕਰਨ ਵਾਲੇ ਵੀ ਹੈਗੇ ਆ ਸਾਰਿਆਂ ਦੇ ਨਹੀਂ ਸਾਰੀ ਧਰਤੀ ਨਹੀਂ ਸਾਰਾ ਆਕਾਸ਼ ਨਹੀਂ ਜਿਹੜੇ ਅਣ ਆਗਿਆਕਾਰੀ ਦੇ ਵਿੱਚ ਆ ਉਹਨਾਂ ਦੇ ਲਈ ਲਿਖਿਆ ਆਕਾਸ਼ ਕਾਹਦਾ ਬਣ ਜਾਏਗਾ ਅਜੀਤ ਸਾਹਿਬ ਕਾਹਦਾ ਬਣੇਗਾ ਲੋਹੇ ਦਾ ਬਣੇਗਾ ਔਰ ਧਰਤੀ ਕਾਹਦੀ ਬਣੇਗੀ ਪਿੱਤਲ ਦੀ ਬਣ ਜਾਏਗੀ ਦੁਆ ਕਰੀ ਜਾਓ ਖੜਕਾਈ ਜਾਓ ਖੁੱਲਣਾ ਹੀ ਨਹੀਂ ਫਿਰ ਕਹਿੰਦੇ ਆ ਰੱਬ ਨੇ ਮੇਰੇ ਲਈ ਕੰਨ ਬੰਦ ਕੀਤੇ ਆ ਸਾਡੀ ਤਾਂ ਦੁਆਵਾਂ ਹੀ ਨਹੀਂ ਸੁਣਦਾ ਧਰਤੀ ਪਿੱਤਲ ਦੀ ਹਾਂ ਕੁਛ ਬੀਜੋ ਉੱਗੇਗਾ ਹੀ ਨਹੀਂ ਬੀ ਦੇਖੀ ਚਲੋ ਬਸ ਕਿਉਂਕਿ ਉਹ ਦੱਬੇਗਾ ਹੀ ਨਹੀਂ ਤੇ ਉੱਗੇਗਾ ਕਿੱਦਾਂ ਕਿੰਨੇ ਜਾਣੇ ਮੇਰੀ ਗੱਲ ਨੂੰ ਸਮਝ ਰਹੇ ਸੱਤ ਗੁਣਾ ਯਾਦ ਰੱਖਣਾ ਸੱਤ ਗੁਣਾ ਤੁਸੀਂ ਸ਼ਰਾਬ ਦੇ ਹੇਠ ਆ ਜਾਓਗੇ ਅਗਰ ਸੁਣ ਕੇ ਵੀ ਅਣ ਸੁਣਿਆ ਕਰੋਗੇ ਹਾਲੇਲੂਇਆ ਹਾਲੇਲੂਇਆ ਅੱਜ ਅਗੇ ਕੰਟੀਨਿਊ ਕਰੀਏ ਜਲਦੀ ਜਰਾ ਟਾਈਮ ਬਹੁਤ ਹੋ ਗਿਆ ਆ ਮੈਂ ਹਲੇ ਹੋਰ ਪੜਾਉਣਾ ਹੈ ਅਤੇ ਤੁਹਾਡਾ ਜ਼ੋਰ ਐਵੇਂ ਜਾਏਗਾ ਤੁਹਾਡਾ ਜ਼ੋਰ ਐਵੇਂ ਜਾਏਗਾ ਹਾਂਜੀ ਕਿਉਂ ਜੋ ਤੁਹਾਡੀ ਧਰਤੀ ਹਾਰੀ ਨਾ ਹੋਵੇਗੀ ਹਾਂ ਅਸੀਂ ਧਰਤੀ ਦੇ ਵਿੱਚ ਵੀ ਮਾਲ ਨਾ ਉਗਾਉਂਗੇ ਹਾਲੇਲੂਇਆ ਹਾਲੇਲੂਇਆ ਗੋਡੀ ਕਰੀ ਜਾਉਂਗੇ ਪਰ ਫਲ ਦੀ ਇੱਛਾ ਨਹੀਂ ਰੱਖ ਪਾਉਂਗੇ ਬੱਚੇ ਤੁਸੀਂ ਆਪਣੇ ਜਵਾਨ ਕਰਦੇ ਆ ਲੇਕਿਨ ਉਹਨਾਂ ਦਾ ਸੁੱਖ ਨਹੀਂ ਪਾਉਂਗੇ ਕਿਉਂ ਕਿਉਂਕਿ ਗੋਡੀ ਨਹੀਂ ਸਹੀ ਕੀਤੀ ਛੋਟਾ ਬੱਚਾ ਜਿਹੜਾ ਆ ਉਹਨੂੰ ਬਚਪਨ ਤੋਂ ਰੱਬ ਦਾ ਡਰ ਪਾਉਗੇ ਜੀਵਨ ਚ ਵੱਡੇ ਹੋ ਕੇ ਤੁਸੀਂ ਵੀ ਸੁੱਖ ਪਾਉਂਗੇ ਮਾਂ ਬਾਪ ਸੁੱਖ ਪਾਉਂਗੇ ਅੱਜ ਕੱਲ੍ਹ ਕੀ ਆ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਉਹ ਫਿਰ ਜਦੋਂ ਬੱਚੇ ਵੱਡੇ ਹੁੰਦੇ ਤਾਂ ਬੱਚੇ ਵੀ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਗੋਡੀ ਕੀਤੀ ਨਹੀਂ ਆ ਚੰਗੀ ਤਾਂ ਹੀ ਉਹ ਪੇੜ ਚੰਗਾ ਨਹੀਂ ਨਿਕਲਿਆ ਫਿਰ ਫਲ ਦੀ ਇੱਛਾ ਕੀ ਮਿਲੇਗੀ ਤੁਹਾਨੂੰ ਨਹੀਂ ਬੋਲੋ ਹਾਲੇਲੂਇਆ ਹਾਲੇਲੂਇਆ ਮੇਰੀ ਗੱਲ ਨੂੰ ਸਮਝ ਰਹੇ ਆਗਿਆਕਾਰੀ ਔਰ ਅਣ ਆਗਿਆਕਾਰੀ ਮੈਂ ਥੋੜਾ ਜਿਹਾ ਹੋਰ ਪੜਾਉਣਾ ਚਾਹੁੰਦਾ ਅਗਰ ਤੁਸੀਂ ਚਾਹੁੰਦੇ ਆ ਚਾਹੁੰਦੇ ਆ ਕਿੰਨੇ ਜਾਣੇ ਚਾਹੁੰਦੇ ਹੱਥ ਖੜਾ ਤੁਸੀਂ ਹੁਣ ਤਾਂ ਕਰ ਹੀ ਦੇਣਾ ਸਾਰਿਆਂ ਨੂੰ ਬੜਾ ਮਨ ਮੈਂ ਚਾਹੁੰਦਾ ਕਲਾਮ ਚੰਗੀ ਤਰ੍ਹਾਂ ਰਚ ਜਾਵੇ ਜਦ ਗਹਿਰਾਈ ਤੱਕ ਆ ਜਾਈਏ ਮੇਰੇ ਨਾਲ ਦਾਨੀਅਲ ਦੀ ਪੁਸਤਕ 12 ਨੰਬਰ ਜਾਇ ਕਰੀਏ ਜਰਾ ਜਲਦੀ ਹੱਥ ਖੜਾ ਕਰੋ ਜਿਹਨੂੰ ਮਿਲ ਗਿਆ ਮੈਂ ਦੇਖਾਂ ਕਿਹੜੀ ਆਸ਼ਿਸ਼ ਹੈ ਤਾਂ 12 ਨੰਬਰ ਅਧਿਆਇ ਦੀ ਘਟਨਾ ਹੈ ਇਕੱਲੀ ਦਾਨੀਅਲ ਦੀ ਪੁਸਤਕ ਦੀ ਘਟਨਾ ਜਮਨ ਨੂੰ ਮੈਂ ਦੇਖ ਲਿਆ ਸਭ ਨੂੰ ਮਿਲ ਗਿਆ 1115 ਨੰਬਰ ਪੇਜ ਤੇ ਪੁਰਾਣੇ ਨਿਯਮ ਦੇ ਵਿੱਚ 1115 ਨੰਬਰ ਪੇਜ 12 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਨੂੰ ਜ਼ਰਾ ਪੜ੍ਹੀਏ ਬਾਈਬਲ ਕੀ ਆ ਕਰਦਾ ਜਿਹਨਾਂ ਨੂੰ ਨਹੀਂ ਮਿਲਿਆ ਉਹ ਸੁਣ ਲੈਣ ਬੜੇ ਧਿਆਨ ਦੇ ਨਾਲ ਨਹੀਂ ਮਿਲਣਾ ਹੁੰਦਾ ਹਾਂਜੀ ਪੜ੍ਹੀ ਉਸ ਵੇਲੇ ਮਿਕਾਏ ਨੇ ਹਾਂਜੀ ਉਹ ਵੱਡਾ ਸਰਦਾਰ ਜੋ ਮੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਹਾਂਜੀ ਖਲੋਤਾ ਹੈ ਉੱਠੇਗਾ ਹਾਂਜੀ ਅਤੇ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੁੱਢ ਤੋਂ ਲੈ ਕੇ ਸ਼ੁਰੂਆਤ ਤੋਂ ਲੈ ਕੇ ਉਸ ਵੇਲੇ ਤੇ ਕਦੀ ਨਹੀਂ ਹੋਇਆ ਸੀ ਕਦੀ ਵੀ ਨਹੀਂ ਏਦਾਂ ਹੋਇਆ ਸੀਗਾ ਅਤੇ ਉਸ ਵੇਲੇ ਤੇਰੇ ਲੋਕਾਂ ਵਿੱਚੋਂ ਹਾਂ ਹਰ ਕੋਈ ਜਿਹਦਾ ਨਾਉ ਪੋਥੀ ਵੀ ਨਿਕਲਿਆ ਹੋਵੇਗਾ ਹਾਂਜੀ ਉਹ ਛੁੱਟੇਗਾ ਉਹੀ ਬੰਦਾ ਛੁਡਾਇਆ ਜਾਏਗਾ ਉਹੀ ਬੰਦਾ ਸਵਰਗ ਦੇ ਵਿੱਚ ਜਾਏਗਾ ਜਿਹੜਾ ਆਗਿਆਕਾਰੀ ਕਰਕੇ ਉਹਦਾ ਨਾਮ ਜੀਵਨ ਦੀ ਪੋਥੀ 'ਚ ਲਿਖਿਆ ਜਾਏਗਾ ਉਹਦੇ ਜਿਉਂਦੇ ਲੋਕ ਜਾਣੇ ਆ ਜਿਹੜੇ ਆਤਮਾ ਦੇ ਵਿੱਚ ਜਿਉਂਦੇ ਇਸ ਧਰਤੀ ਦੇ ਉੱਪਰ ਉਹ ਜਿਉਂਦੇ ਲੋਕ ਸਵਰਗ ਦੇ ਵਿੱਚ ਜਾਣਗੇ ਮੁਰਦਿਆਂ ਦੇ ਲਈ ਨਰਕ ਤੇ ਹੀ ਆ ਰਿਹਾ ਹਾਲੇਲੂਇਆ ਹਾਲੇਲੂਇਆ ਕਿੰਨੇ ਜਣੇ ਸਮਝ ਰਹੇ ਆ ਜਿਨ੍ਹਾਂ ਨੇ ਆਪਣੇ ਆਤਮਾ ਨੂੰ ਜੀਵਿਤ ਰੱਖਿਆ ਇਸ ਸੰਸਾਰ ਦੇ ਵਿੱਚ ਆਪਣੇ ਆਤਮਾ ਨੂੰ ਬਣਾ ਕੇ ਰੱਖਿਆ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਰਹਿ ਕੇ ਇਸ ਆਤਮਾ ਨੂੰ ਜਿਉਂਦੇ ਰੱਖਿਆ ਭਰਪੂਰ ਰੱਖਿਆ ਆ ਉਹ ਲੋਕ ਜਾਣਗੇ ਉੱਥੇ ਬਾਈਬਲ ਚ ਲਿਖਿਆ ਤੇਰਿਆਂ ਲੋਕਾਂ ਦਾ ਹਿੱਸਾ ਉੱਥੇ ਹੋਏਗਾ ਕਿੰਨੇ ਜਣੇ ਸਮਝ ਰਹੇ ਹਾਂਜੀ ਅੱਗੇ ਕੰਟੀਨਿਊ ਕਰੀ
ਅਤੇ ਉਹਨਾਂ ਵਿੱਚੋਂ ਢੇਰ ਸਾਰੇ ਉਹ ਲੋਕ ਛੁਡਾਏ ਜਾਣਗੇ ਜਿਨ੍ਹਾਂ ਦਾ ਜੀਵਨ ਦੀ ਪੋਥੀ ਦੇ ਵਿੱਚ ਨਾਮ ਲਿਖਿਆ ਹੋਏਗਾ। ਹਾਂਜੀ ਅਤੇ ਉਹਨਾਂ ਵਿੱਚੋਂ ਢੇਰ ਸਾਰੇ ਬਹੁਤ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਹਾਂਜੀ ਜਾਗ ਉੱਠਣਗੇ ਕਈ ਸਦੀਪਕ ਜਿਉਣ ਲਈ ਜੀਵਨ ਦੇ ਲਈ ਅਤੇ ਕੋਈ ਸ਼ਰਮਿੰਦਗੀ ਅਤੇ ਸਦੀਪਕ ਨਰਾਦਰੀ ਲਈ ਸਦੀਪਕ ਸ਼ਰਮਿੰਦਗੀ ਦੇ ਲਈ ਸ਼ਰਮਿੰਦਗੀ ਤੁਹਾਨੂੰ ਕਦੋਂ ਹੋਏਗੀ ਜਦੋਂ ਤੁਹਾਡੇ ਨਾਲ ਦਾ ਬੰਦਾ ਸਵਰਗ ਦੇ ਵਿੱਚ ਹੋਏਗਾ ਤੁਸੀਂ ਨਰਕ ਚ ਕਲਪਦੇ ਹੋਵੋਗੇ ਉਦੋਂ ਤੁਹਾਨੂੰ ਸ਼ਰਮਿੰਦਗੀ ਹੋਏਗੀ ਉਦੋਂ ਤੁਸੀਂ ਸੋਚੋਗੇ ਕਿ ਮੈਂ ਵੀ ਜੱਤ ਜਾਂਦਾ ਰਿਹਾ ਔਰ ਮੇਰੇ ਨਾਲ ਦਾ ਵੀ ਜਾਂਦਾ ਰਿਹਾ ਇਹ ਸਵਰਗ ਕਿੱਦਾਂ ਚਲਾ ਗਿਆ ਪਰ ਤੁਹਾਨੂੰ ਨੀ ਪਤਾ ਉਹ ਆਗਿਆਕਾਰੀ ਦੇ ਵਿੱਚ ਸੀਗਾ ਔਰ ਤੁਸੀਂ ਅਣਆਗਿਆਕਾਰੀ ਦੇ ਵਿੱਚ ਸੀ। ਹਾਲੇਲੂਯਾ ਹਾਲੇਲੂਯਾ ਕਿਹਨੇ ਜਾਣੇ ਮੇਰੀ ਗੱਲ ਨੂੰ ਸਮਝ ਰਹੇ ਆ। ਭਾਈ ਬੱਚੇ ਲਿਖਿਆ ਦੋ ਬੀਬੀਆਂ ਚੱਕੀ ਪੀਂਦੀਆਂ ਹੋਗੀਆਂ ਇੱਕ ਲੈ ਲਈ ਜਾਊਗੀ ਤੇ ਇੱਕ ਛੱਡੀ ਜਾਊਗੀ ਉਹ ਫਿਰ ਜਦੋਂ ਨਰਕ ਦੇ ਵਿੱਚ ਛੱਡੀ ਜਾਊਗੀ ਫਿਰ ਦੇਖੂਗੀ ਆ ਤਾਂ ਮੇਰੇ ਨਾਲ ਹੀ ਪੀਂਦੀ ਸੀ। ਕਿੰਨੇ ਜਾਣੇ ਮੇਰੀ ਗੱਲ ਨੂੰ ਸਮਝ ਰਹੇ ਆ। ਦੋ ਜਾਣੇ ਖੇਤਾਂ ਦੇ ਵਿੱਚ ਕੰਮ ਕਰਦੇ ਹੋਣਗੇ ਇੱਕ ਲੈ ਲਿਆ ਜਾਊਗਾ ਤੇ ਇੱਕ ਜਿਹੜਾ ਆਗਿਆਕਾਰੀ ਕਰੇਗਾ ਉਹ ਲੈ ਲਿਆ ਜਾਏਗਾ ਉਹ ਜਾਏਗਾ ਸਵਰਗ ਦੇ ਵਿੱਚ ਕਿਉਂਕਿ ਆਗਿਆਕਾਰੀ ਕਰਨ ਦੇ ਨਾਲ ਉਹਦਾ ਨਾਮ ਜੀਵਨ ਦੀ ਪੋਥੀ 'ਚ ਲਿਖਿਆ ਜਾਏਗਾ ਉਹਨੇ ਆਪਣੇ ਆਤਮਾ ਨੂੰ ਜੀਵਿਤ ਰੱਖਿਆ ਹੋਏਗਾ ਉਹੀ ਬੰਦਾ ਸਵਰਗ 'ਚ ਜਾਏਗਾ ਕਿਉਂਕਿ ਉੱਥੇ ਵੀ ਆਤਮਕ ਲੋਕਾਂ ਦੀ ਲੋੜ ਆ ਆਤਮਾ ਦੇ ਦੁਆਰਾ ਉਹਦੀ ਮਹਿਮਾ ਕਰਨ ਦੀ ਲੋੜ ਆ। ਬੋਲੋ ਹਾਲੇਲੂਯਾ 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 ਹਾਲੇਲੂਯਾ। ਹਾਂਜੀ ਅੱਗੇ ਕੰਟੀਨਿਊ ਕਰੀਏ ਪਰ ਉਹ ਜਿਹੜੇ ਬੁੱਧਵਾਨ ਹਨ ਹਾਂਜੀ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਜਿਹੜੇ ਬੁੱਧਵਾਨ ਹਨ ਉਹ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਜਿਨ੍ਹਾਂ ਦੇ ਉਦਮ ਦੇ ਨਾਲ ਢੇਰ ਸਾਰੇ ਲੋਕ ਧਰਮੀ ਬਣ ਗਏ। ਹਾਲੇਲੂਯਾ 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 ਹਾਲੇਲੂਯਾ। ਹੁਣ ਪਾਸਟਰ ਜਿਹੜੇ ਸਾਗਰ ਸਾਹਿਬ ਆ ਸਾਡੇ ਅਸਿਸਟੈਂਟ ਪਾਸਟਰ ਬਾਹਰ ਜਿਹੜੇ ਬੈਠੇ ਆ ਉਹਨਾਂ ਦੇ ਉਦਮ ਦੇ ਨਾਲ ਆ ਬੰਦਾ ਧਰਮੀ ਬਣ ਗਿਆ ਆ। ਬੋਲੋ ਹਾਲੇਲੂਯਾ ਹਾਲੇਲੂਯਾ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਗਏ ਆ। ਪੜੋ ਇਸ ਲਾਈਨ ਨੂੰ ਕੀ ਲਿਖਿਆ ਪਰ ਉਹ ਜਿਹੜੇ ਬੁੱਧਵਾਨ ਹਨ ਹਾਂ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਹਾਂਜੀ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਜਿਨ੍ਹਾਂ ਦੇ ਉਦਮ ਦੇ ਨਾਲ ਢੇਰ ਸਾਰੇ ਲੋਕ ਧਰਮੀ ਬਣ ਗਏ ਤਾਰਿਆਂ ਵਾਂਗੂ ਜੁਗੋ ਜੁਗ ਤੀਕਰ ਤਾਰਿਆਂ ਦੇ ਵਾਂਗਰ ਜੁਗੋ ਜੁਗ ਤੀਕਰ ਪਰ ਤੂੰ ਹੇ ਦਾਨੀਅਲ ਇਹ ਦਾਨੀਅਲ ਇਹਨਾਂ ਗੱਲਾਂ ਨੂੰ ਮੂੰਹ ਤੇ ਰੱਖ ਹਾਂ ਅਤੇ ਪੋਥੀ ਉੱਤੇ ਉਲਟ ਦੇ ਸਮੇਂ ਦੇ ਤੇ ਮੋਹ ਲਾ ਰੱਖ ਹਾਂ ਬਥੇਰੇ ਇੱਧਰ ਉੱਧਰ ਭੱਜਣਗੇ ਹਾਂ ਅਸੀਂ ਵਿਦਿਆ ਵਧੇਗੀ ਬਥੇਰੇ ਇੱਧਰ ਉੱਧਰ ਭੱਜਣਗੇ ਉਹ ਲੋਕ ਤਾਰਿਆਂ ਦੇ ਵਾਂਗਰ ਜੁਗੋ ਜੁਗ ਜਿਉਣਗੇ ਜਿਨ੍ਹਾਂ ਨੇ ਉਦਮ ਕਰਕੇ ਲੋਕਾਂ ਨੂੰ ਆਤਮਕ ਬਣਾ ਦਿੱਤਾ ਜਿਨ੍ਹਾਂ ਨੇ ਪਰਿਸ਼ਰਮ ਕਰਕੇ ਮਿਹਨਤ ਕਰਕੇ ਲੋਕਾਂ ਨੂੰ ਪ੍ਰਭੂ ਦੀ ਆਗਿਆਕਾਰੀ ਦੇ ਵਿੱਚ ਆਉਣਾ ਸਿਖਾ ਦਿੱਤਾ ਆਗਿਆਕਾਰੀ ਦੇ ਵਿੱਚ ਚੱਲਣਾ ਸਿਖਾ ਦਿੱਤਾ। ਕਿੰਨੇ ਲੋਕ ਸਮਝ ਰਹੇ ਆ। ਬੋਲੋ ਹਾਲੇਲੂਯਾ 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 ਹਾਲੇਲੂਯਾ। ਲਿਖਿਆ ਜੀਵਨ ਦੀ ਪੋਥੀ ਦੇ ਵਿੱਚ ਜਿਹੜਾ ਨਾਮ ਹੋਏਗਾ ਉਹ ਉਠਾ ਲਿਆ ਜਾਏਗਾ ਉਹ ਉਠਾ ਲਿਆ ਜਾਏਗਾ। ਕਿੰਨੇ ਜਣੇ ਮੇਰੀ ਗੱਲ ਨੂੰ ਸਮਝ ਰਹੇ ਆ। ਅੱਜ ਸਾਡਾ ਨਾਮ ਕਿੱਧਰ ਆ ਹਾਂ ਕਿਹੜੇ ਰਜਿਸਟਰ ਦੇ ਵਿੱਚ ਆ ਜਿਹੜਾ ਨਰਕ ਦੇ ਗੇਟ ਦੇ ਉੱਪਰ ਪਿਆ ਜਾਂ ਸਵਰਗ ਦੇ ਗੇਟ ਦੇ ਉੱਪਰ ਪਿਆ ਆ ਕਿੱਧਰ ਤੁਹਾਡੀ ਇੱਥੇ ਅਗਰ ਤੁਹਾਡੀ ਅੱਖ ਬੰਦ ਹੋ ਗਈ ਤਾਂ ਕਿੱਧਰ ਜਾ ਕੇ ਖੁੱਲੇਗੀ ਕਦੇ ਸੋਚਿਆ ਆ। ਆਗਿਆਕਾਰੀ ਕਰਨ ਵਾਲਾ ਬੰਦਾ ਸਵਰਗ ਦੇ ਵਿੱਚ ਜਾਏਗਾ ਅਣ ਆਗਿਆਕਾਰੀ ਕਰਨ ਵਾਲਾ ਬੰਦਾ ਨਰਕ ਦੇ ਵਿੱਚ ਜਾਏਗਾ। ਅੱਜ